वाहे गुरु गुरु ग्रंथ साहिब जी एक ओंकार सत नाम करता पुरख निरपौ निर्वैर अकाल मूरत अजूनी सैभं गुर प्रसाद चंडौत बंदन अनेक वार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ तख्त चावर छतर दे मालक समुची मानवता दे सर्व सांझे रहवर धन गुरु ग्रंथ साहिब सच्चे पातशाह जी दी पावन हजूरी अंदर सज बैठे गुरु सवारे सत संगी जनों धन गुरु गोबिंद सिंह साहिब पिता जी वालों बख्शी फतेह परवानो जी वाहिगुरु जी का खालसा वाहिगुरु जी की फतेह। साध संग जौ तुम्हें मिलायो तो सुनी तुम्हारी बाणी गरीब निवाज गुरु ग्रंथ साहिब सच्चे पातशाह जी ने अपने विरद मुताबिक आपां सारियां नूं निवाज दियां सत संगत दी अमोलक दात बख्शी है। काफ़ी लंबे समय तो आप जी ने तुरकी बाणी दे कीर्तन श्रवण किते हन अज आपां थोड़े समय विच इतिहासिक विचार नूं समझण दा यतन करांगे क्योंकि कौम दी वक्री हस्ती दे प्रतीक
ਮੂਲ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ 14 ਅਪ੍ਰੈਲ ਨੂੰ ਖਾਲਸੇ ਦਾ ਪ੍ਰਗਟ ਦਿਵਸ ਹੈ। ਇਸ ਲਈ ਆਪਾਂ ਕੋਸ਼ਿਸ਼ ਕਰਦੇ ਹਾਂ ਗੁਰੂ ਰਹਿਮਤ ਕਰੇ ਦਿੱਤੇ ਸਮੇਂ ਅੰਦਰ ਰਹਿ ਕੇ ਇਸ ਮਾਣ ਮੱਤੇ ਇਤਿਹਾਸ ਨੂੰ ਵਿਚਾਰਦਿਆਂ ਆਪਣੇ ਆਪ ਨੂੰ ਪਛਾਣ ਸਕੀਏ, ਸਵੈ ਪੜਚੋਲ ਕਰ ਸਕੀਏ ਕਿ ਅੱਜ ਅਸੀਂ ਕਿੱਥੇ ਕੁ ਖੜ੍ਹੇ ਹਾਂ। 1-2 ਮਿੰਟ ਸਾਰੇ ਭੈਣ ਭਰਾ ਇਕਾਗਰਤਾ ਬਣਾਓ ਜੀ, ਮਿਲ ਕੇ ਉਚਾਰਨ ਕਰਿਓ 1 ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ 1 ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ 1 ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ 1 ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ 1 ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਸਤਿਗੁਰੂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਨਵਤਾ ਦੇ ਉੱਪਰ ਬਖਸ਼ਿਸ਼ਾਂ ਵੰਡਦਿਆਂ 4 ਪ੍ਰਚਾਰਕ ਦੌਰੇ ਕੀਤੇ। ਵਾਹਿਗੁਰੂ, ਠੀਕ ਹੈ ਬਸ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਚਾਰਕ ਦੌਰੇ ਕੀਤੇ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ। ਉਦਾਸੀਆਂ ਵਾਹਿਗੁਰੂ। ਇਹਨਾਂ ਪ੍ਰਚਾਰਕ ਦੌਰਿਆਂ ਦੀ ਸ਼ੁਰੂਆਤ ਜਿਸ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕੀਤੀ, ਉਹ ਦਿਨ ਵੀ ਵਿਸਾਖੀ ਦਾ ਸੀ। ਸਿੱਖਾਂ ਵਿੱਚ ਵਿਸਾਖੀ ਮਨਾਉਣ ਦਾ ਰਿਵਾਜ 3ਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਵਕਤ ਤੋਂ ਸ਼ੁਰੂ ਹੋ ਗਿਆ ਸੀ। ਬੌਲੀ ਦਾ ਕੜ੍ਹ ਵੀ ਵਿਸਾਖੀ ਵਾਲੇ ਦਿਨ ਟੁੱਟਿਆ। ਕਈ ਇਤਿਹਾਸਕ ਘਟਨਾਵਾਂ ਹਨ ਜਿਹੜੀਆਂ ਵਿਸਾਖੀ ਦੇ ਦਿਨ ਨਾਲ ਮੇਲ ਖਾਂਦੀਆਂ ਨੇ। ਆਪਾਂ ਜਿਸ ਖਾਸ ਘਟਨਾ ਦਾ ਜ਼ਿਕਰ ਕਰਨਾ ਹੈ,
ਜੋ ਕਲਗੀਧਰ ਪਿਤਾ ਜੀ ਨੇ ਸੰਮਤ 1756 ਦੀ ਵਿਸਾਖੀ ਨੂੰ ਮਹਾਨ ਕਾਰਜ ਕੀਤਾ, ਬਖਸ਼ਿਸ਼ ਕੀਤੀ ਮਾਨਵਤਾ ਦੇ ਉੱਪਰ, ਖਾਲਸਾ ਪ੍ਰਗਟ ਕੀਤਾ, ਉਹਦੇ ਸੰਬੰਧ ਵਿੱਚ ਆਪਾਂ ਸੰਖੇਪ ਕੋਸ਼ਿਸ਼ ਕਰਦੇ ਹਾਂ ਗੱਲ ਸਮਝਣ ਦੀ। ਗੁਰੂ ਪਿਆਰ ਵਾਲੀ ਸਾਧ ਸੰਗਤ, 5 ਪਿਆਰਿਆਂ ਸੰਬੰਧੀ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵਕਤ ਤੋਂ ਹੀ 5 ਪਿਆਰੇ ਹੁੰਦੇ ਸਨ। ਉਹਨਾਂ ਖਾਸ ਤੌਰ 'ਤੇ ਇਹ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਬਹੁਤੇ ਵੇਰਵੇ ਨਹੀਂ ਮਿਲਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਪਹਿਲਾਂ ਪੰਚਮ ਪਾਤਸ਼ਾਹ ਵਕਤ ਅਤੇ 9ਵੇਂ ਪਾਤਸ਼ਾਹ ਵਕਤ ਦੇ 5 ਪਿਆਰਿਆਂ ਦਾ ਜ਼ਿਕਰ ਵੀ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਕੀਤਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੌਕੇ ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਭਾਈ ਪਿਰਾਗਾ ਜੀ, ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਵਕਤ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ ਔਰ ਭਾਈ ਜੇਤਾ ਜੀ 5 ਪਿਆਰੇ ਹੋਏ ਹਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੰਮਤ 1756 ਦੀ ਵਿਸਾਖੀ ਤੋਂ ਪਹਿਲਾਂ ਦੂਰ ਦੁਰਾਡੇ ਤੱਕ ਸੁਨੇਹੇ ਭੇਜ ਦਿੱਤੇ ਕਿ 29 ਮਾਰਚ 1699 ਦੀ ਇਸ ਵਿਸਾਖੀ ਨੂੰ ਇੱਕ ਖਾਸ ਪ੍ਰੋਗਰਾਮ ਦਿੱਤਾ ਜਾਣਾ, ਗੁਰਸਿੱਖ ਵੱਧ ਚੜ੍ਹ ਕੇ ਇੱਥੇ ਪਹੁੰਚਣ। 1699 ਦੀ ਵਿਸਾਖੀ ਨੂੰ ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਭਾਏਮਾਨ ਹੈ, ਉਸ ਧਰਤੀ 'ਤੇ ਇੱਕ ਵੱਡਾ ਇਕੱਠ ਹੋਇਆ। ਗਿਣਤੀ ਵਿਦਵਾਨਾਂ ਨੇ ਵੱਖਰੀ ਵੱਖਰੀ 80,000 ਤੱਕ ਵੀ ਦੱਸੀ ਹੈ। ਸਾਂਝੀ ਗੱਲ ਇਹ ਹੈ ਕਿ ਇੱਕ ਵੱਡਾ ਇਕੱਠ ਹੋਇਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਕਲਗੀਧਰ ਪਿਤਾ ਨੰਗੀ ਕਿਰਪਾਨ ਲੈ ਕੇ ਸਟੇਜ ਉੱਤੇ ਆਏ, ਗਰਜਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਅੱਜ ਇੱਕ ਸਿਰ ਚਾਹੀਦਾ। ਬਹੁਤ ਸਾਰੇ ਲੋਕ ਇਸ ਕਰਕੇ ਆਏ ਹੁੰਦੇ ਹਨ ਕਿ ਚਲੋ ਸਿੱਖ ਵਿਸਾਖੀ ਮਨਾ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉੱਥੇ ਜਾ ਕੇ ਛਕਾਂਗੇ। ਪਰ ਜਦੋਂ ਕਲਗੀਧਰ ਪਿਤਾ ਨੂੰ ਇਸ ਰੂਪ ਵਿੱਚ ਵੇਖਿਆ ਕਿ ਬਿਨਾਂ ਮਿਆਨ ਤੋਂ ਨੰਗੀ ਕਿਰਪਾਨ ਲੈ ਕੇ ਸਿਰ ਮੰਗਦੇ ਨੇ, ਛਕਣ ਛਕਾਉਣ ਵਾਲੇ ਤਾਂ ਸਭ ਉਸੇ ਆਵਾਜ਼ ਨਾਲ ਸਭ ਉੱਥੋਂ ਹੌਲੀ ਹੌਲੀ ਖਿਸਕਣੇ ਸ਼ੁਰੂ ਹੋ ਗਏ। ਮੈਂ ਬਹੁਤ ਸ਼ੋਰਟ ਵਿੱਚ ਗੱਲ ਕਰ ਰਿਹਾ ਜੀ। ਆਪਾਂ ਕੋਸ਼ਿਸ਼ ਕਰਨੀ ਹੈ ਕਿ 5 ਪਿਆਰੇ ਜਿਹੜੀਆਂ ਥਾਵਾਂ ਤੋਂ ਆਏ ਉੱਥੋਂ ਦੇ ਹਾਲਾਤ ਕਿਹੋ ਜਿਹੇ ਸਨ। ਜਦੋਂ ਕਲਗੀਧਰ ਪਿਤਾ ਨੇ ਸਿਰ ਦੀ ਮੰਗ ਕੀਤੀ, ਹਾਲਾਂਕਿ ਪਹਿਲੇ ਜਾਮੇ ਤੋਂ ਹੀ ਗੁਰੂ ਜੀ ਸਾਨੂੰ ਇਹ ਪੜ੍ਹਾ ਰਹੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰਤਲੀ ਗਲੀ ਮੇਰੀ ਆਓ, ਸੀਸ ਦੀ ਮੰਗ ਕੀਤੀ ਤਾਂ ਸਾਰੇ ਭੈਣ ਭਰਾ, ਮੈਨੂੰ ਲੱਗ ਰਿਹਾ ਕਿ ਉਹ ਨਹੀਂ ਗੱਲ ਸਮਝ ਆ ਰਹੀ ਜਾਂ ਇੱਥੇ ਥੋੜ੍ਹੀ ਹੈਗੀ ਹੈ ਦਿੱਕਤ। ਜੇ ਤੁਸੀਂ ਬਹੁਤ ਧਿਆਨ ਨਾਲ ਨਹੀਂ ਬਹਿ ਕੇ ਸਮਝੋਗੇ ਤਾਂ ਫਿਰ ਸੁਣਾਉਣ ਦਾ ਵੀ ਗੁਰੂ ਸਵਾਰੇ ਕੋਈ ਗੱਲ ਬਣਨੀ ਨਹੀਂ। ਜੋ ਵੀ ਮੈਂ ਬੇਨਤੀ ਕਰਾਂਗਾ ਵਿੱਚੋਂ ਵਿੱਚੋਂ ਦੀ ਆਪ ਜੀ ਨੂੰ ਵੀ ਪੁੱਛਿਆ ਕਰਾਂਗਾ ਕਿ ਕੀ ਗੱਲਬਾਤ ਚੱਲ ਰਹੀ ਹੈ। ਸਿਰਫ ਪਹਿਲੇ 15 ਮਿੰਟ ਥੋੜ੍ਹਾ ਜਿਹਾ ਧਿਆਨ ਦੇ ਦਿਓ, ਗੁਰੂ ਬਖਸ਼ਿਸ਼ ਕਰੇ ਗੱਲ ਸਮਝ ਆ ਸਕੇ। ਬੇਨਤੀ ਨੂੰ ਸਮਝਿਓ ਕਿਰਪਾ ਕਰਕੇ। ਪਹਿਲੀ ਆਵਾਜ਼ ਸਤਿਗੁਰੂ ਪਾਤਸ਼ਾਹ ਮਾਰਦੇ ਹੈ ਅਤੇ ਕੌਣ ਆਇਆ ਜੀ? ਭਾਈ ਦਇਆ ਰਾਮ।
ਕਿੱਥੋਂ ਆਇਆ ਭਲਾ ਬੋਲਿਓ? ਲਾਹੌਰ ਤੋਂ। ਕਿੱਥੋਂ ਆਇਆ? ਹਾਂ, ਥੋੜ੍ਹਾ ਜਿਹਾ ਹਾਜ਼ਰ ਜਵਾਬ ਰਿਹਾ, ਗੱਲ ਸਮਝ ਆ ਜਾਏ। ਲਾਹੌਰ ਤੋਂ ਭਾਈ ਦਇਆ ਰਾਮ ਆਇਆ। ਭਾਈ ਦਇਆ ਰਾਮ ਪਾਰੋ ਖੱਤਰੀ ਦੀ ਕੁੱਲ ਵਿੱਚੋਂ ਸੁੱਧੇ ਦੇ ਘਰ ਮਾਤਾ ਦਿਆਲੀ ਜੀ ਦੀ ਕੁੱਖੋਂ ਇਹਨਾਂ ਦਾ ਜਨਮ ਸੰਮਤ 1726 ਦੇ ਵਿੱਚ ਹੋਇਆ। ਕਲਗੀਧਰ ਪਿਤਾ ਦੀ ਆਵਾਜ਼ ਨੇ ਦਇਆ ਰਾਮ ਨੂੰ ਖੜਾ ਕੀਤਾ। ਇਹ ਦਇਆ ਰਾਮ ਲਾਹੌਰ ਤੋਂ ਆਇਆ। ਲਾਹੌਰ ਸ਼ਹਿਰ ਦੇ ਹਾਲਾਤ ਕਿਹੋ ਜਿਹੇ ਨੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪਾਵਨ ਬਚਨ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਉਹ ਲਾਹੌਰ ਜਿੱਥੇ ਸਵਾ ਪਹਿਰ ਰਾਤ ਰਹਿੰਦਿਆਂ ਪਾਪ ਗਲਤ ਕੰਮ ਸ਼ੁਰੂ ਹੋ ਜਾਂਦੇ ਨੇ, ਕਹਿਰ ਵਾਪਰਦਾ, ਉਹੀ ਲਾਹੌਰ ਜਿੱਥੇ 30 ਮਈ 1606 ਨੂੰ ਸ਼ਾਂਤੀ ਦੇ ਸਮੁੰਦਰ ਸਤਿਗੁਰੂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਕੇ ਗਰਮ ਰੇਤ ਉਹਨਾਂ ਦੇ ਸੀਸ ਵਿੱਚ ਪਾ ਕੇ ਆਖਰ ਤਪੇ ਹੋਏ ਸਰੀਰ ਨੂੰ ਰਾਵੀ ਦੇ ਦਰਿਆ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ। ਉਸ ਲਾਹੌਰ ਤੋਂ ਕਲਗੀਧਰ ਪਿਤਾ ਦੀ ਆਵਾਜ਼ ਨੇ ਦਇਆ ਪੈਦਾ ਕੀਤੀ। ਕੋਈ ਸੋਚ ਵੀ ਨਹੀਂ ਸਕਦਾ ਕਿ ਲਾਹੌਰ ਚੋਂ ਦਇਆ ਉੱਠੇਗੀ। ਅਹਿਸਾਸ ਕਰਿਓ, ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਗੁਰਮਤ ਵਿੱਚ, ਗੁਰੂ ਘਰ ਵਿੱਚ ਕਰਾਮਾਤ ਨਹੀਂ ਹੈ। ਮੈਨੂੰ ਲੱਗਦਾ ਜਿੰਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਵਾਪਰੀਆਂ, ਉਹ ਹੋਰ ਕਿਸੇ ਪਾਸੇ ਨਹੀਂ। ਲਾਹੌਰ ਦੀ ਧਰਤੀ ਤੋਂ ਦਇਆ ਰਾਮ ਉੱਠ ਖੜੇ। ਹਕੀਕਤ ਹੈ ਕਿ ਹਰ ਥਾਂ ਦਾ, ਹਰ ਸ਼ਹਿਰ ਦਾ ਮਾਹੌਲ ਹਰ ਸਮੇਂ ਇੱਕੋ ਜਿਹਾ ਨਹੀਂ ਹੁੰਦਾ। ਜਿੱਥੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਲਾਹੌਰ ਸ਼ਹਿਰ ਬਾਰੇ ਦੱਸਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਉੱਥੇ ਸਤਿਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ, ਹਰ ਜਗ੍ਹਾ ਦੇ ਬਦਲਦੇ ਰਹਿੰਦੇ ਨੇ। ਕਲਗੀਧਰ ਪਿਤਾ ਦੀ ਆਵਾਜ਼ ਨੇ, ਲਾਹੌਰ ਤੋਂ ਆਇਆ ਸੀ ਦਇਆ ਰਾਮ, ਉਹਨੂੰ ਖੜਾ ਕੀਤਾ। ਸਤਿਗੁਰੂ ਜੀ ਭਾਈ ਦਇਆ ਰਾਮ ਨੂੰ ਫੜ ਕੇ ਤੰਬੂ ਵਿੱਚ ਲੈ ਗਏ। ਹੁਣ ਤੰਬੂ ਵਿੱਚ ਕੀ ਹੋਇਆ? ਕਿਰਪਾ ਕਰਕੇ ਇੱਕ ਗੱਲ ਦਾ ਜਵਾਬ ਤੁਸੀਂ ਦਿਓ, ਫਿਰ ਆਪਾਂ ਗੱਲ ਅੱਗੇ ਤੋਰਾਂਗੇ। ਆਪਾਂ ਪਤਾ ਕਰੀਏ ਕਿ ਤੰਬੂ ਵਿੱਚ ਕੀ ਹੋਇਆ ਜੀ, ਪਤਾ ਕਰਨਾ ਕਿ ਨਹੀਂ? ਹਾਂ ਜਾਂ ਨਾ ਚ ਨਿਬੇੜਿਓ ਗੱਲ। ਗੁਰੂ ਜੀ ਤੰਬੂ ਵਿੱਚ ਲੈ ਗਏ ਭਾਈ ਦਇਆ ਰਾਮ ਨੂੰ। ਤੰਬੂ ਵਿੱਚ ਕੀ ਹੋਇਆ ਆਪਾਂ ਪਤਾ ਕਰੀਏ ਜਾਂ ਰਹਿਣ ਦੀ? ਤੁਸੀਂ ਥੋੜ੍ਹਾ ਰੈ ਮੈਨੂੰ ਬਣਾ ਕੇ ਦੱਸੋ ਫਟਾਫਟ, ਉਸ ਹਿਸਾਬ ਨਾਲ ਨਾ ਗੱਲ ਕਰ, ਪਤਾ ਕਰੀਏ। ਤਕਰੀਬਨ ਸਾਰੇ ਹਾਂ ਕਹਿੰਦੇ। ਨੋਟ ਕਰਿਓ, ਇੱਥੇ ਤਿੰਨ ਵਿਚਾਰਧਾਰਾਵਾਂ ਪ੍ਰਚਲਿਤ ਨੇ, ਮੈਂ ਤੁਹਾਨੂੰ ਪੁੱਛ ਕੇ ਗੱਲ ਕਰਨੀ ਹੈ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਤੰਬੂ ਵਿੱਚ ਬੰਨੇ ਸੀ ਬੱਕਰੇ, ਗੁਰੂ ਸਾਹਿਬ ਭਾਈ ਦਇਆ ਰਾਮ ਨੂੰ ਉੱਥੇ ਲੈ ਗਏ ਅਤੇ ਉੱਥੇ ਬਿਠਾਇਆ, ਜਦੋਂ ਬੱਕਰਾ ਵੱਢਿਆ ਖੜਾਕ ਹੋਇਆ ਤਾਂ ਲੋਕਾਂ ਨੂੰ ਲੱਗਿਆ ਕਿ ਸਿਰ ਵੱਢ ਦਿੱਤਾ, ਲਿਬੜੀ ਹੋਈ ਖੂਨ ਨਾਲ ਲਿਬੜੀ ਕਿਰਪਾਨ ਲੈ ਕੇ ਦੁਬਾਰਾ ਫਿਰ ਖੜ ਗਿਆ ਸਟੇਜ 'ਤੇ ਆ ਗਿਆ। ਦੂਜੇ ਉਹ ਲੋਕ ਨੇ ਜਿਹੜੇ ਕਹਿੰਦੇ ਨਹੀਂ ਜੀ, ਗਰਦਨ ਵੱਢੀ, ਭਾਈ ਦਇਆ ਰਾਮ ਦੀ ਗਰਦਨ ਵੱਢੀ ਸੀ। ਤੀਜੇ ਉਹ ਲੋਕ ਨੇ ਇੱਕ ਗੱਲ ਪ੍ਰਚਲਿਤ ਕੀਤੀ ਹੈ, ਥੋੜ੍ਹੀ ਥੋੜ੍ਹੀ ਚੱਲਦੀ ਹੈ ਵੀ, ਕਿ ਇੱਕ ਔਰੰਗਜ਼ੇਬ ਦਾ ਸੂਈਆ CID ਵਾਲਾ ਉੱਥੇ ਬੈਠਾ ਸੀ, ਜਿਹਦਾ ਪਿਛਲਾ ਨਾਂ ਅਬੂਲਾ ਤੁਰਾਨੀ ਦੱਸਦੇ ਹੈ, ਉਹ ਕਹਿੰਦੇ ਕਿਸੇ ਤੰਬੂ ਦਾ ਜ਼ਿਕਰ ਨਹੀਂ ਕਰਦਾ। ਉਹ ਕਹਿੰਦਾ ਮੇਰੇ ਸਾਹਮਣੇ ਸਭ ਕੁਝ ਵਾਪਰਿਆ ਅਤੇ ਮੈਂ ਵੀ ਪ੍ਰਭਾਵਿਤ ਹੋਇਆ। ਉਹ ਕਹਿੰਦੇ ਅਬੂਲਾ ਤੁਰਾਨੀ ਤੋਂ ਅਜਮੇਰ ਸਿੰਘ ਬਣ ਗਿਆ। ਇਹ ਇੱਕ ਪ੍ਰਚਲਿਤ ਗੱਲ ਹੈ,
ਔਰ ਕੁਝ ਸੱਜਣਾ ਨੇ ਕਿਤਾਬਾਂ ਵਿੱਚ ਥੋੜੀ ਥੋੜੀ ਛਾਪ ਵੀ ਦਿੱਤੀ ਹੈ। ਪਰ ਜਿਸ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੀ ਗੱਲ ਕਰਦੇ ਹੈ ਉਹ ਆਪ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੇ। ਜਿਹੜੀ ਤੀਜੀ ਗੱਲ ਹੈ ਇਹ ਕੋਈ ਪ੍ਰਵਾਨਿਤ ਗੱਲ ਨਹੀਂ ਹੈ ਪਿਆਰਿਓ, ਮਾਫ ਕਰਿਓ, ਸੁਣਨ ਨੂੰ ਬਹੁਤ ਸੋਹਣੀ ਲੱਗਦੀ ਹੈ, ਸੁਣਾਉਣ ਨੂੰ ਵੀ ਚੰਗੀ ਲੱਗਦੀ ਹੈ। ਹੁਣ ਇੱਕ ਪੁਆਇੰਟ ਜਿਹੜਾ ਇੱਥੇ ਸਮਝਣ ਵਾਲਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭਾਈ ਦਇਆ ਰਾਮ ਨੂੰ ਤੰਬੂ ਵਿੱਚ ਲੈ ਗਏ। ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਤੰਬੂ ਲੱਗਿਆ। ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਤੰਬੂ ਵਿੱਚ ਜੋ ਗੁਰੂ ਸਾਹਿਬ ਪਾਤਸ਼ਾਹ ਕਰ ਰਹੇ ਨੇ, ਇਹ ਕਹਿ ਲਓ ਕਿ ਤੰਬੂ ਵਾਲੇ ਕੌਤਕ ਨੂੰ ਗੁਰੂ ਸਾਹਿਬ ਗੁਪਤ ਰੱਖਣਾ ਚਾਹੁੰਦਾ। ਗੁਰੂ ਪਰਦਾ ਕਰ ਰਿਹਾ ਨਾ, ਉੱਥੇ ਤੰਬੂ ਵਿੱਚ ਲਿਜਾ ਰਿਹਾ ਸਿੱਖ ਨੂੰ। ਤਾਂ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜੀ ਬਖਸ਼ਿਸ਼ ਸਾਡੇ ਤੇ ਕਰਦੇ ਨੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਦਾਵੋ। ਸਾਡੇ ਨਾਲ ਸੰਬੰਧਿਤ ਗੱਲ ਇਹ ਹੈ ਕਿ ਗੁਰੂ ਨੇ ਸਾਨੂੰ ਕੀ ਕਰਨ ਨੂੰ ਕਿਹਾ, ਅਸੀਂ ਉਹ ਕਰਨਾ ਹੈ। ਜੇ ਗੁਰੂ ਨੇ ਪਰਦਾ ਕਰ ਲਿਆ, ਗੁਰੂ ਨੇ ਪਰਦਾ ਕਰ ਲਿਆ, ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਗੁਰੂ ਵੱਲੋਂ ਕੀਤੇ ਪਰਦੇ ਨੂੰ ਚੁੱਕ ਕੇ ਵੇਖੀਏ, ਪਾੜ ਪਾੜ ਕੇ ਵੇਖੀਏ ਕਿ ਅੰਦਰ ਗੁਰੂ ਕੀ ਕਰ ਰਿਹਾ ਹੈ। ਥੋੜ੍ਹਾ ਜਿਹਾ ਧਿਆਨ ਦਿਓ ਇਸ ਗੱਲ ਵੱਲ, ਗੁਰੂ ਕੀ ਕਰ ਰਿਹਾ ਹੈ। ਇੱਥੇ ਗੱਲ ਅਸੀਂ ਸਮਝ ਸਕਦੇ ਹਾਂ, ਇੱਕ ਗੱਲ ਕਹੀਏ ਗੁਰੂ ਦੀਆਂ, ਗੁਰੂ ਜਾਣੇ। ਜੇ ਦੇਖੋ ਗੁਰੂ ਦੀ ਤੰਬੂ ਵਾਲੇ ਕੌਤਕ ਨੂੰ ਪ੍ਰਗਟ ਕਰਨ ਦੀ ਇੱਛਾ ਨਹੀਂ, ਬੜਾ ਸਪਸ਼ਟ ਹੁੰਦਾ ਹੈ। ਅੱਜ ਤੱਕ ਕਿਸੇ ਵੀ ਲੇਖਕ ਨੇ ਇਹ ਗੱਲ ਨਹੀਂ ਲਿਖੀ ਕਿ ਪੰਜਾਂ ਪਿਆਰਿਆਂ ਨਾਲ ਜੋ ਕੁਝ ਵਾਪਰਿਆ, ਕੁਛ ਵੀ ਹੋਇਆ, ਉਹਨਾਂ ਪੰਜਾਂ ਵਿੱਚੋਂ ਕਿਸੇ ਇੱਕ ਨੇ ਵੀ ਆ ਕੇ ਬਾਹਰ ਨਹੀਂ ਦੱਸਿਆ ਕਿ ਅੰਦਰ ਸਾਡੇ ਨਾਲ ਆ ਹੋਇਆ ਸੀ ਜਾਂ ਅੰਦਰ ਇਹ ਘਟਨਾ ਵਾਪਰੀ ਹੈ। ਅਖਰ ਨੂੰ ਉਹਨਾਂ ਪੰਜਾਂ ਦੇ ਵੀ ਪਰਿਵਾਰ ਨੇ ਜੀ, ਪਰਿਵਾਰਕ ਮੈਂਬਰ ਵੀ ਹੋਣਗੇ, ਉਹਨਾਂ ਪੁੱਛਿਆ ਵੀ ਹੋਣਾ ਵੀ ਅੰਦਰ ਦੱਸੋ ਤਾਂ ਸੀ ਕੀ ਹੋਇਆ, ਪਰ ਬਿਲਕੁਲ ਨਹੀਂ ਕਿਹਾ ਗਿਆ। ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੋਈ ਇੱਛਾ ਨਹੀਂ ਹੈ ਤੰਬੂ ਵਾਲੇ ਕੌਤਕ ਨੂੰ ਪ੍ਰਗਟ ਕਰਨ ਦੀ। ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਉਹਨਾਂ ਦੀ ਇੱਛਾ ਦੇ ਖਿਲਾਫ ਨਹੀਂ ਜਾ ਸਕਦੇ। ਪਰਦਾ ਕਰ ਲਿਆ, ਬਸ ਸਾਡੇ ਨਾਲ ਸੰਬੰਧ ਗੱਲ ਇਹ ਹੈ ਕਿ ਅਸੀਂ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨੇ, ਬਾਣੀ ਮੁਤਾਬਕ ਜ਼ਿੰਦਗੀ ਜਿਉਣੀ ਹੈ। ਉਹ ਪਰਦੇ 'ਚ ਕੀ ਕਰ ਰਿਹਾ ਉਹ ਗੁਰੂ ਦੀਆਂ, ਗੁਰੂ ਜਾਣੇ। ਇਸ ਕਰਕੇ ਹੁਣ ਦੱਸਿਓ, ਕਿਰਪਾ ਕਰਕੇ ਇੱਕ ਵਾਰੀ ਜਵਾਬ ਦੇ ਦਿਓ ਕਿ ਪਰਦੇ ਵਿੱਚ ਕੀ ਹੋਇਆ, ਉਹਦਾ ਸਾਨੂੰ ਪਤਾ ਕਰਨਾ ਚਾਹੀਦਾ ਕਿ ਨਹੀਂ? ਹਾਂਜੀ ਨਹੀਂ? ਜੇ ਸਾਡੇ ਅੰਦਰ ਪਰਦਾ ਫਾੜਨ ਦਾ ਯਤਨ ਜਦੋਂ ਅਸੀਂ ਕਰਦੇ ਹਾਂ ਨਾ, ਉਦੋਂ ਆਪੋ ਵਿੱਚ ਹੀ ਝਗੜਦੇ ਹਾਂ, ਕਲੇਸ਼ ਖੜੇ ਹੁੰਦੇ, ਫਿਰ ਲੜੀ ਜਾਓ। ਕੋਈ ਬੱਕਰੇ ਵੱਡੇ ਕਹਿੰਦਾ, ਕੋਈ ਕੁਛ ਕਹਿੰਦਾ, ਬਸ ਗੱਲ ਨਿਬੜੀ ਕਿ ਗੁਰੂ ਨੇ ਪਰਦਾ ਕਰ ਲਿਆ। ਪਹਿਲੀ ਆਵਾਜ਼ ਤੇ ਭਾਈ ਦਇਆ ਰਾਮ ਆਇਆ, ਦੂਜੀ ਆਵਾਜ਼ ਪਾਤਸ਼ਾਹ ਫਿਰ ਮਾਰਦੇ। ਹੁਣ ਉੱਠਿਆ ਧਰਮਦਾਸ, ਕਿੱਥੋਂ ਆਇਆ ਜੀ ਇਹ? ਦਿੱਲੀ ਤੋਂ। ਕਿੱਥੋਂ ਆਇਆ? ਦਿੱਲੀ ਤੋਂ ਆਇਆ ਧਰਮਦਾਸ, ਸੰਤ ਰਾਮ ਦਾ ਪੁੱਤ ਹੈ, ਮਾਤਾ ਸਾਵੋ ਦੀ ਕੁੱਖੋਂ ਜਨਮ ਹੋਇਆ, ਸੰਮਤ 1723 ਦੇ ਵਿੱਚ ਧਰਮਦਾਸ ਦਾ। ਅੱਜ ਕਲਗੀਧਰ ਪਿਤਾ ਦੀ ਆਵਾਜ਼ ਨੇ ਦਿੱਲੀ ਤੋਂ ਧਰਮ ਪੈਦਾ ਕੀਤਾ। ਦਿੱਲੀ ਜਿਹਨੂੰ ਮੁੱਢ ਤੋਂ ਸਿਆਸਤ ਦੀ ਕਿੱਲੀ ਕਿਹਾ ਜਾਂਦਾ ਹੈ, ਦਿੱਲੀ ਦੇ ਹਾਲਾਤ ਕੈਸੇ ਨੇ? ਦਿੱਲੀ ਦੇ ਵਿੱਚ ਇੱਕ ਕਹਾਵਤ ਵੀ ਪ੍ਰਚਲਿਤ ਰਹੀ ਹੈ, ਦਲੀ ਸਵਰੋ ਵਾ ਈ ਸਵਰੋ, ਜਿਹਦਾ ਅਰਥ ਬਣਦਾ ਦਿੱਲੀ ਦਾ ਰਾਜਾ ਹੀ ਰੱਬ ਹੈ। ਦਿੱਲੀ ਵਿੱਚ ਬਹੁਤਾ ਧਾਰਮਿਕ ਹਾਲਾਤ ਨਹੀਂ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਗੁਰੂ ਸਵਾਰਿਓ ਕਿ ਜਿੱਥੋਂ ਦਾ ਬਾਦਸ਼ਾਹ ਔਰੰਗਜ਼ੇਬ ਆਪਣੇ ਭੈਣ ਭਰਾਵਾਂ ਪਿਓ ਤੱਕ ਨੂੰ ਵੀ ਨਾ ਬਖਸ਼ਦਾ ਹੋਵੇ, ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਹੱਡੀਆਂ ਵਿਛਾ ਕੇ ਤਖ਼ਤੇ ਤੌਸ ਪ੍ਰਾਪਤ ਕਰੇ, ਉੱਥੇ ਧਰਮ ਦੀ ਗੱਲ ਕਿੰਨੀ ਕੁ ਹੋ ਸਕਦੀ? ਇਹ ਉਹੀ ਦਿੱਲੀ ਹੈ ਜਿੱਥੇ 11 ਨਵੰਬਰ 1675 ਨੂੰ ਮਾਨਵਤਾ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚਾਂਦਨੀ ਚੌਂਕ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਔਰੰਗਜ਼ੇਬ ਦਾ ਫੈਸਲਾ ਫਤਵਾ ਅਬਦੁਲ ਬਹਾ ਬੋਰੇ ਨੇ ਲਾਇਆ, ਤੇਗ ਜਲਾਲੂਦੀਨ ਨੇ ਚਲਾਈ,
ਜਿਸ ਦਿੱਲੀ ਦੇ ਵਿੱਚ 1175 ਨੂੰ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਕਲਗੀਧਰ ਪਿਤਾ ਦੀ ਆਵਾਜ਼ ਨੇ ਉਸ ਦਿੱਲੀ ਤੋਂ ਹੀ ਧਰਮ ਪੈਦਾ ਕੀਤਾ, ਧਰਮ ਦਾਸ ਆਇਆ। ਤੀਜੀ ਆਵਾਜ਼ ਪਾਤਸ਼ਾਹ ਫਿਰ ਮਾਰਦੇ ਨੇ, ਇੱਕ ਸਿਰ ਮੈਨੂੰ ਹੋਰ ਚਾਹੀਦਾ। ਤਾਂ ਹੁਣ ਉੱਠਿਆ ਜਗਨਨਾਥ ਪੁਰੀ ਤੋਂ, ਤੁਸੀਂ ਸਭ ਜਾਣਦੇ ਹੋ ਉੜੀਸਾ ਦੇ ਵਿੱਚ ਹੈ, ਜਗਨਨਾਥ ਪੁਰੀ ਤੋਂ ਉੱਠਿਆ ਹਿੰਮਤ ਰਾਏ। ਹਿੰਮਤ ਰਾਏ ਗੁਲਜ਼ਾਰੀ ਝੀਵਰ ਦੇ ਘਰ ਮਾਤਾ ਧੰਨੋ ਦੀ ਕੁੱਖੋਂ ਸੰਮਤ 1718 ਨੂੰ ਇਹਨਾਂ ਦਾ ਜਨਮ ਹੋਇਆ। ਪੰਜ ਪਿਆਰਿਆਂ ਦੇ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਭਾਈ ਹਿੰਮਤ ਰਾਏ, ਹਿੰਮਤ ਸਿੰਘ ਹਨ ਜਿਹੜੇ ਬਾਅਦ 'ਚ ਬਣ ਗਏ ਹਿੰਮਤ ਸਿੰਘ। ਹਿੰਮਤ ਰਾਏ ਉੱਠਿਆ, ਨੋਟ ਕਰਿਓ ਜੀ। ਇਹਦੇ ਬਾਰੇ ਡਾਕਟਰ ਸੰਗਤ ਸਿੰਘ ਨੇ ਆਪਣੀ ਕਿਤਾਬ ਵਿੱਚ ਇਹ ਵੀ ਦਿੱਤਾ ਕਿ ਹਿੰਮਤ ਰਾਏ ਉਸ ਛੱਜੂ ਝੀਵਰ ਦਾ ਬੇਟਾ ਸੀ ਜਿਹਦੇ ਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਜਿਹਦੇ ਤੋਂ ਅਰਥ ਕਰਵਾਏ ਸੀ ਗੀਤਾ ਦੇ। ਇਤਿਹਾਸ ਦੇ ਜਾਣਕਾਰਾਂ ਦੇ ਧਿਆਨ ਵਿੱਚ ਆ ਗਿਆ, ਪਰ ਗੁਲਜ਼ਾਰੀ ਝੀਵਰ ਨਾਮ ਵੀ ਦਿੱਤਾ ਹੋਇਆ ਹੈ ਇਹਨਾਂ ਦੇ ਪਿਤਾ ਦਾ। ਖੈਰ, ਜਿਹੜੀ ਆਪਾਂ ਗੱਲ ਸਮਝਣੀ ਹੈ, ਹੁਣ ਜਗਨਨਾਥ ਪੁਰੀ ਤੋਂ ਉੱਠਿਆ ਹਿੰਮਤ, ਹਿੰਮਤ ਰਾਏ, ਜਗਨਨਾਥ ਪੁਰੀ ਦੇ ਹਾਲਾਤ ਕਿਹੋ ਜਿਹੇ ਨੇ? ਜਿਵੇਂ ਆਪਾਂ ਕੋਸ਼ਿਸ਼ ਕੀਤੀ ਹੈ, ਲਾਹੌਰ ਜਿੱਥੇ ਇਹੋ ਜਿਹੇ ਕਹਿਰ ਵਾਪਰ, ਉੱਥੋਂ ਦਇਆ, ਸਿਆਸਤ ਦੀ ਕਿੱਲੀ ਸਮਝੀ ਜਾਂਦੀ ਦਿੱਲੀ 'ਚੋਂ ਧਰਮ, ਅਤੇ ਹਿੰਮਤ ਜਗਨਨਾਥ ਤੋਂ। ਜੇ ਜਗਨਨਾਥ ਦੇ ਹਾਲਾਤਾਂ ਨੂੰ ਆਪਾਂ ਵੇਖਣਾ, ਥੋੜ੍ਹਾ ਜਿਹਾ ਸਹਾਰਾ ਲੈਣਾ ਪੈਣਾ। ਸਕੰਦ ਪੁਰਾਣ ਵਿੱਚ ਇੱਕ ਘਟਨਾ ਲਿਖੀ ਹੈ, ਮੈਂ ਕਿਸੇ ਦੂਜੇ ਮਜ਼ਹਬ ਨੂੰ ਨੀਵਾਂ ਦਿਖਾਉਣ ਦੇ ਭਾਵ ਨਾਲ ਇਹ ਗੱਲ ਬਿਲਕੁਲ ਨਹੀਂ ਕਰ ਰਹੀ, ਪਰ ਥੋੜ੍ਹਾ ਜਿਹਾ ਧਿਆਨ ਰੱਖਿਓ, ਕਿਉਂਕਿ ਜਦੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜ ਪਿਆਰੇ ਜਿਨ੍ਹਾਂ ਸ਼ਹਿਰਾਂ 'ਚੋਂ ਆਏ ਉੱਥੋਂ ਦੇ ਹਾਲਾਤ ਕਿਹੋ ਜਿਹੇ ਨੇ, ਜ਼ਿਆਦਾਤਰ ਲੋਕ ਉੱਥੇ ਕਿਹੋ ਜਿਹੇ ਵੱਸਦੇ ਨੇ। ਜਗਨਨਾਥ ਬਾਰੇ ਇੱਕ ਕਥਾ ਲਿਖੀ ਸਕੰਦ ਪੁਰਾਣ ਵਿੱਚ, ਕਹਿੰਦੇ ਇੱਕ ਸ਼ਿਕਾਰੀ ਜਰ ਸੀ, ਜਰ ਇਹਦਾ ਨਾਂ। ਜਰ ਨੇ ਕ੍ਰਿਸ਼ਨ ਨੂੰ ਮਾਰ ਦਿੱਤਾ। ਕ੍ਰਿਸ਼ਨ ਦੇ ਭਗਤ ਨੇ ਉਹਦੀਆਂ ਹੱਡੀਆਂ ਇਕੱਠੀਆਂ ਕਰਕੇ ਇੱਕ ਸੰਦੂਕ ਦੇ ਵਿੱਚ ਬੰਦ ਕਰਕੇ ਹੱਡੀਆਂ ਨੂੰ ਦੱਬ ਦਿੱਤਾ। ਬੜੇ ਲੰਮੇ ਟਾਈਮ ਬਾਅਦ ਉੜੀਸਾ ਦੇ ਰਾਜੇ ਇੰਦਰਦਮਨ ਨੂੰ ਇੱਕ ਸੁਪਨਾ ਆਇਆ। ਗੁਰਮਤ ਇਸ ਗੱਲ ਦੀ ਅੰਬ ਹੀ ਨਹੀਂ ਭਰਦੀ ਕਿ ਗੁਰਮਤ, ਇਹ ਨਾ ਸਮਝਿਓ ਕਿ ਗੁਰਮਤ ਇਹਨਾਂ ਗੱਲਾਂ ਨਾਲ ਸਹਿਮਤ ਹੈ। ਆਪਾਂ ਸਿਰਫ ਸਕੰਦ ਪੁਰਾਣ ਵਿੱਚੋਂ ਕਹਾਣੀ ਇਸ਼ਾਰਾ ਮਾਤਰ ਮੈਂ ਸਾਂਝੀ ਕਰਨੀ ਚਾਹੁੰਦਾ ਕਿ ਜਗਨਨਾਥ ਦੇ ਲੋਕਾਂ ਦੀ ਮਨੌਤ ਕਿਹੋ ਜਿਹੀ, ਉੱਥੋਂ ਹਿੰਮਤ ਰਾਏ ਪੈਦਾ ਹੋ ਰਹੇ ਨੇ। ਹੁਣ ਨੋਟ ਕਰੋ, ਉੜੀਸਾ ਦੇ ਰਾਜੇ ਇੰਦਰਦਮਨ ਨੂੰ ਕਹਿੰਦੇ ਇੱਕ ਸੁਪਨਾ ਆਇਆ। ਸੁਪਨੇ 'ਚ ਕ੍ਰਿਸ਼ਨ ਨੇ ਕਿਹਾ ਆ ਕੇ ਕਿ ਫਲਾਨੀ ਜਗ੍ਹਾ 'ਤੇ ਮੇਰੀਆਂ ਉੱਥੇ ਅਸਥੀਆਂ ਦੱਬੀਆਂ ਹੋਈਆਂ ਨੇ, ਤੂੰ ਉਹਨਾਂ ਨੂੰ ਕਢਾ ਅਤੇ ਇੱਥੇ ਜਗਨਨਾਥ ਦਾ ਇੱਕ ਬੁੱਤ ਬਣਾ। ਇੰਦਰਦਮਨ ਨੇ ਅਸਥੀਆਂ ਨੂੰ ਕਢਵਾਇਆ, ਬੁੱਤ ਬਣਾਉਣ ਵਾਸਤੇ ਵਿਸ਼ਵਕਰਮਾ ਨਾਲ ਰਾਬਤਾ ਕਾਇਮ ਕੀਤਾ। ਵਿਸ਼ਵਕਰਮਾ ਨੇ ਇੱਕ ਸ਼ਰਤ ਰੱਖੀ ਕਿ ਮੈਂ ਬੁੱਤ ਤਾਂ ਤੁਹਾਡਾ ਬਣਾ ਦੂੰਗਾ ਜਗਨਨਾਥ ਦਾ, ਪਰ ਇੱਕ ਸ਼ਰਤ ਹੈ, ਜਿੰਨਾ ਸਮਾਂ ਮੈਂ ਮੂਰਤੀ ਬਣਾ ਰਿਹਾ ਹੋਵਾਂ ਉਨਾ ਸਮਾਂ ਕੋਈ ਮੇਰੇ ਨੇੜੇ ਨਹੀਂ ਆਉਣਾ ਚਾਹੀਦਾ, ਜੇ ਕੋਈ ਨੇੜੇ ਆਇਆ ਤਾਂ ਮੈਂ ਬੁੱਤ ਨੂੰ ਅੱਧ ਵਿਚਕਾਰ ਉੱਥੇ ਛੱਡ ਦੇਣਾ, ਪਹਿਲਾਂ ਕੰਪਲੀਟ ਹੋ ਜਾਣ ਦਿਓ, ਮੇਰੇ ਨੇੜੇ ਕੋਈ ਨਾ ਆਵੇ। ਕਹਿੰਦੇ ਨੇ ਬੁੱਤ ਬਣਾਉਣਾ ਸ਼ੁਰੂ ਕੀਤਾ, ਅਜੇ ਉਸ ਮੂਰਤੀ ਦੇ ਹੱਥ ਪੈਰ ਨਹੀਂ ਸੀ ਬਣੇ। ਉੜੀਸਾ ਦਾ ਰਾਜਾ ਇੰਦਰਦਮਨ ਕਾਲੇ ਪਿਆ, ਉਹ ਆ ਕੇ ਵੇਖਣ ਲੱਗ ਪਿਆ ਕਿਹੋ ਜਿਹੀ ਮੂਰਤੀ ਬਣਾ ਰਿਹਾ। ਗੁੱਸੇ ਵਿੱਚ ਆਏ ਵਿਸ਼ਵਕਰਮਾ ਨੇ ਮੂਰਤੀ ਅੱਧ ਵਿਚਕਾਰ ਛੱਡ ਦਿੱਤੀ। ਜਗਨਨਾਥ ਦੀ ਮੂਰਤੀ ਦੇ ਹੱਥ ਪੈਰ ਨਹੀਂ ਬਣੇ। ਇਹਦੇ ਬਾਰੇ ਇੱਕ ਇਹ ਕਹਾਣੀ ਪ੍ਰਚਲਿਤ ਹੈ, ਸਕੰਦ ਪੁਰਾਣ ਵਿੱਚ ਲਿਖੀ। ਹੁਣ ਤੁਸੀਂ ਨੋਟ ਕਰੋ, ਉੱਥੋਂ ਦੇ ਲੋਕ ਜਿਹੜੇ ਜ਼ਿਆਦਾਤਰ ਨੇ ਜਗਨਨਾਥ ਦੇ ਪੁਜਾਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਸਮਝਦੇ ਹਾਂ, ਪਾਤਸ਼ਾਹ ਕਹਿੰਦੇ ਨੇ ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੇ ਪੂਜੈ ਮੁਗਦ ਗਵਾਰ। ਪੱਥਰ ਦੇ ਪੁਜਾਰੀ ਨੂੰ ਗੁਰੂ ਨਾਨਕ ਸਾਹਿਬ ਨੇ ਅੰਨਾ, ਗੁੰਗਾ,
ਅੰਨਿਆਂ ਦਾ ਅੰਨਾ ਤੇ ਮਹਾਂਮੂਰਖ ਦੱਸਿਆ ਜੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਹੈ ਗੁਰੂ ਨਾਨਕ ਪਾਤਸ਼ਾਹ। ਮੂਰਤੀ ਦੇ ਪੁਜਾਰੀ ਅੰਨੇ ਤੇ ਪਾਗਲ ਹੁੰਦੇ ਨੇ ਤੇ ਹੁਣ ਇਹ ਤਾਂ ਮੂਰਤੀ ਵੀ ਟੁੰਡੀ ਹੈ। ਸਾਬਤੀ ਮੂਰਤੀ ਦਾ ਪੁਜਾਰੀ ਵੀ ਅੰਨਾ ਹੈ। ਜਿਹੜਾ ਬੰਦਾ ਪੱਥਰ ਦਾ ਪੁਜਾਰੀ ਹੈ ਨਾ, ਉਹਦਾ ਬੌਧਿਕ ਵਿਕਾਸ ਰੁਕ ਜਾਂਦਾ, ਉਹਦੇ ਦਿਮਾਗ ਤੇ ਮਨ ਨੂੰ ਟੱਕਣ ਲੱਗ ਗਿਆ, ਉਹ ਡੁੰਨ ਵੱਟਾ ਬਣ ਜਾਂਦਾ, ਵਿਕਾਸ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਪੱਥਰ ਨੂੰ ਮੱਥਾ ਟੇਕ ਰਿਹਾ, ਇਹਦਾ ਮਤਲਬ ਹੈ ਕਿ ਮੈਂ ਪੱਥਰ ਤੋਂ ਵੀ ਗਿਆ ਗੁਜ਼ਰੀ ਹਾਂ, ਅਸੀਂ ਆਪਣੇ ਤੋਂ ਪਾਵਰਫੁੱਲ ਨੂੰ ਮੱਥਾ ਟੇਕਾਂਗੇ ਨਾ। ਇਸ ਕਰਕੇ ਸਾਬਤ ਮੂਰਤੀ ਨੂੰ, ਕੰਪਲੀਟ ਮੂਰਤੀ ਨੂੰ ਮੱਥਾ ਟੇਕਣਾ ਵੀ ਮੂਰਖਤਾ ਹੈ। ਪਰ ਇਹ ਤਾਂ ਮੂਰਤੀ ਹੈ ਵੀ ਟੁੰਡੀ। ਇਹ ਟੁੰਡਾ ਲਫ਼ਜ਼ ਮੈਂ ਆਪਣੇ ਕੋਲੋਂ ਨਹੀਂ ਪਿਆਰੇ ਬੋਲਿਆ, ਜਿਨ੍ਹਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਨੇ ਉਹ ਸਿੱਖ ਟੁੰਡਾ ਕਹਿੰਦੇ ਰਹੇ ਹੈ, ਇਹ ਗੱਲ ਦੀ ਗਵਾਹੀ ਰਤਨ ਸਿੰਘ ਭੰਗੂ ਦਿੰਦਾ। ਉਹ ਕਹਿੰਦੇ ਨੇ, ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ, ਸੋ ਮਰਨੇ ਤੇ ਨੈਕ ਨਾ ਡਰੈ, ਗੰਗਾ ਜਮਨਾ ਨਿਕਟ ਨਾ ਜਾਵੈ, ਆਪਣੇ ਗੁਰ ਕੀ ਛੱਪੜੀ ਨਹਾਵੈ, ਜਗਨ ਨਾਥ ਕੋ ਟੁੰਡਾ ਆਖੈ, ਰਾਮ ਕਿਸ਼ਨ ਕੋ ਜਾਪ ਨਾ ਪਾਖੈ। ਉਹ ਸਿਰਫ ਇੱਕ ਅਕਾਲ ਪੁਰਖ ਨਾਲ ਜੁੜੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਓਟ ਆਸਰਾ ਰੱਖਦੇ ਨੇ, ਹੋਰ ਕਿਸੇ ਕਰਮ ਕਾਂਡ ਵਿੱਚ ਨਹੀਂ ਪੈਂਦੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ। ਜਦੋਂ ਉਹ ਭਾਈ ਤਾਰੂ ਸਿੰਘ ਦੀ ਗੱਲ ਕਰਦੇ ਨੇ ਉਹਦੇ ਵਿੱਚ ਇਹ ਬੋਲ ਲਿਖੇ ਹੋਏ ਨੇ। ਖੈਰ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ, ਹੁਣ ਟੁੰਡੀ ਮੂਰਤੀ ਦੇ ਪੁਜਾਰੀ ਬੜੇ ਸੁਸਤ, ਅਵੇਸਲੇ ਤੇ ਢਿੱਲੜ ਹੋਣਗੇ। ਮੈਂ ਕੋਈ ਵਧਾ ਚੜਾ ਕੇ ਗੱਲਾਂ ਨਹੀਂ ਕਰ ਰਿਹਾ, ਬਹੁਤ ਧਿਆਨ ਰੱਖਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਫੈਸਲੇ ਨੇ ਕਿ ਜਿਹੋ ਜੀ ਕੋਈ ਪੂਜਾ ਕਰਦਾ ਉਹ ਜਿਹਾ ਹੋ ਜਾਂਦਾ। 874 ਅੰਕ ਪੜ੍ਹੋ, ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਬਕਾਇਦਾ ਇੱਕ ਸ਼ਬਦ ਹੈ, ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨ ਉਛਾਰ ਉਡਾਵੈ, ਹਉ ਤੋਂ ਏਕ ਰਮਈਆ ਲੈ ਹਉ, ਆਨ ਦੇਵ ਬਦਲਾਵਨ ਦੇ ਹੋਂ ਰਹਾਉ, ਸਿਵ ਸਿਵ ਕਰਤੇ ਜੋ ਨਰ ਧਿਆਵੈ, ਵਰਤ ਚੜੇ ਡੋਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਉਤਰੈ, ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਵਰੀਆ ਕਹਾਂ ਛਪਾਨੀ, ਗੁਰਮਤ ਰਾਮ ਨਾਮ ਗਹੁ ਮੀਤਾ, ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਪੂਰੇ ਸ਼ਬਦ ਵਿੱਚ ਭਗਤ ਨਾਮਦੇਵ ਸਾਹਿਬ ਨੇ ਸਮਝਾਇਆ ਕਿ ਅਸੀਂ ਜਿਹੋ ਦੀ ਪੂਜਾ ਕਰਦੇ ਹਾਂ ਉਹ ਜਿਹੋ ਜਾਂਦੇ ਹਾਂ। ਹੁਣ ਮੂਰਤੀ ਦੀ ਪੂਜਾ ਕਰਨੀ, ਉਹ ਵੀ ਟੁੰਡੀ ਦੀ, ਹਿੰਮਤ ਕਿੱਥੇ ਹੋਊਗੀ? ਅਵੇਸਲੇ, ਸੁਸਤ ਤੇ ਢਿੱਲੜ। ਉਹਨਾਂ ਲੋਕਾਂ ਵਿੱਚੋਂ ਕਲਗੀਧਰ ਪਿਤਾ ਨੇ ਹਿੰਮਤ ਪੈਦਾ ਕੀਤੀ, ਮੇਰੇ ਮਾਲਕ ਦੀ ਆਵਾਜ਼ ਨਾਲ ਤੀਜੀ ਆਵਾਜ਼ ਤੇ ਹਿੰਮਤ ਰਾਏ ਉੱਠੇ, ਚੌਥੀ ਆਵਾਜ਼ ਪਾਤਸ਼ਾਹ ਫਿਰ ਮਾਰਦੇ ਨੇ, ਇੱਕ ਸਿਰ ਮੈਨੂੰ ਹੋਰ ਚਾਹੀਦਾ, ਹੁਣ ਕੌਣ ਆਇਆ ਜੀ? ਮੋਕਮ ਦੁਆਰਕਾ ਤੋਂ ਆਇਆ। ਦੁਆਰਕਾ ਹਿੰਦੂਆਂ ਦੀਆਂ ਸਤਪੁਰੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਮੋਕਮ ਆਇਆ, ਛਿੰਬਿਆਂ ਦੇ ਘਰ ਦਾ ਜਨਮ ਹੈ, ਤੀਰਥ ਰਾਮ ਛਿੰਬੇ ਦੇ ਘਰ, ਮਾਤਾ ਦੇਵਾਬਾਈ ਦੀ ਕੁੱਖੋਂ ਸੰਮਤ 1720 ਨੂੰ ਜਨਮ ਹੋਇਆ ਸੀ ਮੋਕਮ ਦਾ। ਮੋਕਮ ਦਾ ਅਖਰੀ ਅਰਥ ਹੈ ਦ੍ਰਿੜਤਾ, ਸਿਰਰ, ਮੋਕਮ। ਤੇ ਹੁਣ ਦੁਆਰਕਾ ਦੇ ਹਾਲਾਤ ਕਿਹੋ ਜਿਹੇ ਨੇ? ਦੁਆਰਕਾ ਦੇ ਵਿੱਚ ਵੀ ਗੁਰੂ ਸਵਾਰਿਓ ਇੱਕ ਮੂਰਤੀ ਬਣੀ ਹੈ ਜਿਹਦਾ ਨਾਂ ਰਣ ਛੜ ਕਹਿੰਦੇ ਹੈ, ਅਸਲ 'ਚ ਰਣ ਛੋੜ ਸੀ, ਹੌਲੀ ਹੌਲੀ ਕਰਕੇ ਇਹਨੂੰ ਰਣ ਛੜ ਕਹਿਣ ਲੱਗ ਪਏ। ਰਣ ਛੜ ਮੂਰਤੀ ਕੀ ਦੱਸਦੀ ਹੈ ਕਿ ਕ੍ਰਿਸ਼ਨ ਜੀ ਇੱਕ ਵਾਰ ਜਦੋਂ ਉਹਨਾਂ ਵੇਖਿਆ ਕਿ ਮੈਦਾਨੇ ਜੰਗ ਵਿੱਚ ਦੁਸ਼ਮਣ ਮੇਰੇ 'ਤੇ ਭਾਰੂ ਪੈ ਰਿਹਾ, ਤਾਂ ਮੈਦਾਨ ਨੂੰ ਛੱਡ ਕੇ ਭੱਜ ਗਏ ਸੀ। ਉਹਨਾਂ ਦੀ ਇਸ ਘਟਨਾ ਨੂੰ ਯਾਦ ਰੱਖਣ ਵਾਸਤੇ ਉਹਨਾਂ ਦੇ ਭਗਤਾਂ ਨੇ ਮੂਰਤੀ ਬਣਾਈ ਜਿਹਦਾ ਨਾਂ ਹੀ ਰਣ ਛੋੜ ਰੱਖਿਆ। ਔਰ ਰਣ ਛੋੜ ਦੀ ਬਕਾਇਦਾ ਪੂਜਾ ਕਰਦੇ ਨੇ ਲੋਕ। ਹੁਣ ਪੂਜਾ ਰਣ ਛੋੜ ਦੀ ਕਰਨੀ, ਇਹਦਾ ਰਿਜ਼ਲਟ ਇਹ ਨਿਕਲਿਆ ਸੀ ਕਿ ਇਹ ਮੈਦਾਨੇ ਜੰਗ ਵਿੱਚੋਂ ਭੱਜਣ ਨੂੰ ਵੀ ਸੂਰਮਗਤੀ ਮੰਨਣ ਲੱਗ ਪਏ ਸੀ ਲੋਕ। ਜਦੋਂ ਭਗਵਾਨ ਜੀ ਭੱਜ ਸਕਦੇ, ਫਿਰ ਸਾਡੇ ਆਮ ਲੋਕਾਂ ਲਈ ਕਿੱਡੀ ਕੁ ਵੱਡੀ ਗੱਲ ਸੀ। ਇਸ ਲਈ ਹੁਣ ਰਣ ਛੋੜ ਦੇ ਪੁਜਾਰੀ ਜਿਨ੍ਹਾਂ ਵਿੱਚ ਕੋਈ ਸਿਦਕ ਭਰੋਸਾ ਨਹੀਂ, ਦਾਅ ਪੇ ਚਲਾਉਣਾ ਜਾਣਦੇ ਆ, ਸਿਰਫ ਦਾਅ ਲੱਗ ਗਿਆ ਠੀਕ ਹੈ, ਨਹੀਂ ਤਾਂ ਨਿਕਲ ਜਾਂਦੇ ਸੀ, ਭੱਜ ਜਾਂਦੇ ਸੀ। ਪਰ ਕਲਗੀਧਰ ਪਿਤਾ ਦੀ ਆਵਾਜ਼ ਨੇ ਦੁਆਰਕਾ ਤੋਂ ਰਣ ਛੋੜ ਦੇ ਪੁਜਾਰੀਆਂ ਵਿੱਚੋਂ ਹੀ ਮੋਕਮ ਪੈਦਾ ਕੀਤਾ, ਦ੍ਰਿੜਤਾ ਪੈਦਾ ਕੀਤੀ। ਪੰਜਵੀਂ ਆਵਾਜ਼ ਪਾਤਸ਼ਾਹ ਫਿਰ ਮਾਰਦੇ ਨੇ, ਇੱਕ ਸਿਰ ਮੈਨੂੰ ਹੋਰ ਚਾਹੀਦਾ, ਤਾਂ ਹੁਣ ਕੌਣ ਉੱਠਿਆ ਜੀ? ਸਾਹਿਬ ਆਇਆ ਬਿਦਰ ਤੋਂ।
ਇਹ ਬਿਦਰ ਤੋਂ ਆਇਆ, ਨਾਈਆਂ ਦੇ ਘਰ ਦਾ ਜਨਮ ਹੈ। ਇਹਨਾਂ ਦੇ ਪਿਤਾ ਦਾ ਨਾਂ ਚਮਨਾ, ਮਾਤਾ ਸੋਨਾਬਾਈ। ਸੰਮਤ 1719 ਨੂੰ ਜਨਮ ਹੋਇਆ ਸਾਹਿਬ ਦਾ, ਬਿਦਰ ਤੋਂ ਸਾਹਿਬ। ਬਿਦਰ ਬਾਰੇ ਬਹੁਤਿਆਂ ਦੇ ਧਿਆਨ ਵਿੱਚ ਆਉਣੀ ਗੱਲ, ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਬਿਦਰ ਸੁਦੇਸ਼ ਦਾਸੀ ਦਾ ਪੁੱਤਰ ਸੀ। ਸ਼੍ਰੀ ਕ੍ਰਿਸ਼ਨ ਨੇ ਇਹਨੂੰ ਰਿਸਪੈਕਟ ਤਾਂ ਦਿੱਤੀ ਸੀ, ਪਰ ਸਾਹਿਬ ਨਹੀਂ ਸੀ ਬਣਾ ਸਕੇ, ਮਾਲਕ ਨਹੀਂ ਸੀ ਬਣਾ ਸਕੇ। ਦਾਸ ਸਮਝੇ ਜਾਂਦੇ, ਲਤਾੜੇ ਸਮਝੇ ਜਾਂਦੇ ਲੋਕਾਂ ਵਿੱਚੋਂ ਸਾਹਿਬ ਉੱਠਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਵਾਜ਼ ਨਾਲ। ਹੁਣ ਪੰਜਾਂ ਨੂੰ ਮੇਰੇ ਮਾਲਕ ਨੇ ਮਰਿਆਦਾ ਦ੍ਰਿੜ ਕਰਵਾਈ, ਅੰਮ੍ਰਿਤ ਛਕਾਇਆ, ਸਿੰਘ ਖਾਲਸਾ ਬਣਾਇਆ, ਭਾਈ ਦਇਆ ਰਾਮ ਤੋਂ ਦਇਆ ਸਿੰਘ, ਸਾਰਿਆਂ ਦੇ ਨਾਲ ਸਿੰਘ ਲਫ਼ਜ਼ ਲੱਗ ਗਿਆ, ਖਾਲਸਾ ਲਫ਼ਜ਼ ਆ ਗਿਆ, ਸਿੰਘ ਖਾਲਸਾ। ਜਾਤਾਂ ਪਾਤਾਂ ਸਭ ਨਾਸ਼, ਉਹ ਆਪਾਂ ਅੱਗੇ ਜਾ ਕੇ ਕੋਸ਼ਿਸ਼ ਕਰਦੇ ਹਾਂ ਜੇ ਸਮਾਂ ਵੱਜਿਆ। ਪੰਜ ਕੱਕੇ ਬਖਸ਼ੇ, ਪੰਜ ਨਾਸ਼ ਕੀਤੇ, ਚਾਰ ਵਜਰ ਕੁਰੇਤਾਂ। ਹੁਣ ਪੰਜਾਂ ਪਿਆਰਿਆਂ ਨੂੰ ਸਜਾਉਣ ਤੋਂ ਬਾਅਦ ਅਚਰਜ ਘਟਨਾ ਵਾਪਰੀ ਦੁਨੀਆ ਦੀ। ਇਹਨਾਂ ਪੰਜਾਂ 'ਚੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲੂਗਾ। ਵੇਖੋ, ਇੱਥੇ ਗੁਰੂ ਸਾਹਿਬ ਨੇ, ਹੁਣੀ ਬੇਨਤੀ ਕਰਦੇ ਹਾਂ, ਇਲਾਕਾਵਾਦ ਤੋਂ ਸਾਨੂੰ ਉੱਪਰ ਚੁੱਕ ਦਿੱਤਾ। ਪੰਜਾਂ ਦੇ ਇਲਾਕੇ ਕਿਹੜੇ? ਵੱਖੋ ਵੱਖਰੇ ਆ। ਇਲਾਕਾਵਾਦ ਤੋਂ ਉੱਪਰ ਚੁੱਕਿਆ, ਜਾਤ ਪਾਤ ਤੋਂ ਉੱਪਰ ਚੁੱਕਿਆ। ਹਾਲਾਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪਹਿਲਾਂ ਹੀ ਇਹ ਬਚਨ ਦਰਜ ਨੇ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੀ ਨਹੀਂ ਆਇਆ। ਤੁਮਕਤ ਬ੍ਰਾਹਮਣ ਹਮਕਤ ਸ਼ੂਦ, ਹਮਕਤ ਲੋਹੂ ਤੁਮਕਤ ਦੂਤ। ਇਹਨਾਂ ਪੰਜਾਂ ਪਿਆਰਿਆਂ ਦਾ ਜਿਹੜਾ ਪਿਛੋਕੜ ਹੈ, ਗੁਰਮਤ ਜਾਤ ਪਾਤ ਨੂੰ ਨਹੀਂ ਮੰਨਦੀ, ਪਰ ਵੇਖੋ ਪੰਜਾਂ ਵਿੱਚੋਂ ਗੱਲ ਸਮਝਣ ਲਈ ਮੈਂ ਬੇਨਤੀ ਕਰਾਂ, ਸਿਰਫ ਇੱਕ ਖੱਤਰੀ ਆ ਅਤੇ ਦੂਜੇ ਜਿਹੜੇ ਚਾਰ ਨੇ ਉਹਨਾਂ ਨੂੰ ਅਖੌਤੀ ਨੀਵੀਆਂ ਜਾਤਾਂ ਦੇ ਕਿਹਾ ਜਾਂਦਾ, ਨੀਵੀਆਂ ਜਾਤਾਂ ਦੇ। ਜੱਟ ਵੀ ਕਿਤੇ ਮੇਰਾ ਵੀਰ ਕੋਈ ਭੁਲੇਖਾ ਨਾ ਖਾ ਜੇ, ਕਈ ਵਾਰੀ ਹੁੰਦਾ ਸਾਨੂੰ ਹੈਂਕੜ ਜੀ ਹੁੰਦੀ ਇਸ ਗੱਲ ਦੀ। 18ਵੀਂ ਸਦੀ ਤੱਕ ਜੱਟ ਵੀ ਸ਼ੂਦਰਾਂ ਦੇ ਵਿੱਚ ਸ਼ਾਮਿਲ ਆ ਜੀ, ਜੇ ਬਾਕੀ ਦੀਆਂ ਜਾਤਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ, ਸੇਮ ਉਸੇ ਤਰ੍ਹਾਂ ਜੱਟ। ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਲਤਾੜੇ ਹੋਏ ਲੋਕਾਂ ਉੱਪਰ ਸਤਿਗੁਰੂ ਨੇ ਰਹਿਮਤ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜ ਪਿਆਰੇ ਸਜਾਏ। ਔਰ ਹੁਣ ਅਚਰਜ ਘਟਨਾ ਵਾਪਰੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਟੇਜ ਤੋਂ ਹੇਠਾਂ ਉਤਰੇ, ਹੱਥ ਬੰਨੇ, ਖਾਲਸਾ ਜੀ ਜਿਵੇਂ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜੇ ਹੋ, ਮੇਰੇ 'ਤੇ ਵੀ ਰਹਿਮਤ ਕਰਕੇ ਮੈਨੂੰ ਸਿੰਘ ਸਜਾ ਦਿਓ, ਖਾਲਸਾ ਸਜਾ ਦਿਓ। ਇੱਕੋ ਇੱਕ ਘਟਨਾ ਕਿ ਗੁਰੂ ਸਿੱਖਾਂ ਅੱਗੇ ਹੱਥ ਜੋੜ ਰਿਹਾ। ਮੈਂ ਕਿਸੇ ਮਜ਼ਹਬ ਨੂੰ ਨੀਵਾਂ ਨਹੀਂ ਦਿਖਾਉਣ ਲਈ ਗੱਲ ਕਰਦਾ, ਇਹ ਹਕੀਕਤ ਹੈ। ਗੁਰੂ ਗੁਰੂ ਰਿਹਾ, ਚੇਲਾ ਚੇਲਾ ਰਿਹਾ, ਪੀਰ ਪੀਰ ਰਿਹਾ, ਮੁਰੀਦ ਮੁਰੀਦ ਰਿਹਾ। ਪਰ ਇੱਥੇ ਅਸੀਂ ਬਚਨ ਪੜ੍ਹਦੇ ਹਾਂ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬਰਾਬਰ ਬਿਠਾਇਆ ਸਤਿਗੁਰੂ ਨੇ, ਬਿਲਕੁਲ ਬਰਾਬਰ। ਇਸ ਤੋਂ ਵੀ ਵੱਧ ਕੇ ਸਰਬੰਸ ਵਾਰ ਕੇ ਸਾਨੂੰ ਗੋਦੀ 'ਚ ਬਿਠਾਇਆ। ਉਸ ਤੋਂ ਵੀ ਅੱਗੇ ਸਿੱਖਾ, ਜੇ ਤੂੰ ਗੁਰਮਤ ਦੇ ਉੱਚੇ ਸੁੱਚੇ ਰੂਹਾਨੀ ਫਲਸਫੇ ਨੂੰ ਅਪਣਾ ਲੈ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਸਾਰੀ ਉਮਰ ਚੇਲਾ ਨਹੀਂ ਬਣਾਉਣਾ, ਬਲਕਿ ਮੈਂ ਤੇਰਾ ਚੇਲਾ ਬਣੂ ਤੇ ਤੂੰ ਮੇਰਾ ਸਾਹਿਬ ਬਣ ਜਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਵੋ ਠਾਕੁਰ ਮੈਂ ਉਸਕਾ ਚਿਹਰਾ। ਇਸੇ ਕਰਕੇ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਕੋਈ ਇਹੋ ਜਿਹਾ ਸ਼ਖਸ ਇਸ ਧਰਤੀ 'ਤੇ ਨਹੀਂ ਆਇਆ ਜਿਹੜਾ ਆਪਣੇ ਮੁਰੀਦਾਂ ਨੂੰ ਇੰਨੀ ਮੁਹੱਬਤ ਕਰੇ, ਇਨਸਾਫ ਕਰੇ। ਜੀ ਮੈਂ ਜਮਾਨਾ ਤੋਂ ਯਕੀਨ ਹੈ, ਕਹਿ ਦਿਓ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ, ਜੇ ਪਿਆਰ ਮੁਰੀਦੋਂ ਸੇ ਜੇ ਸਫਕਤ ਵੀ ਕਹੀਂ ਹੈ, ਭਗਤੀ ਮੈਂ ਗੁਰੂ ਅਰਸ਼ ਸੰਸਾਰ ਜਮੀ ਹੈ, ਉਲਫਤ ਕੇ ਜੇ ਜਜ਼ਬੇ ਨਹੀਂ ਦੇਖੇ ਕਹੀਂ ਹਮਨੇ, ਹੈ ਦੇਖਣਾ ਇੱਕ ਬਾਤ ਸੁਨੇ ਪੀ ਨਹੀਂ ਕਹੀਂ ਹਮਨੇ। ਮੇਰੇ ਮਾਲਕ ਕਲਗੀਧਰ ਪਿਤਾ ਪੰਜਾਂ ਅੱਗੇ ਹੱਥ ਜੋੜ ਕੇ ਅੰਮ੍ਰਿਤ ਛਕ ਰਹੇ ਹਨ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਰਿਆਦਾ ਦ੍ਰਿੜ ਕਰਵਾਈ ਸਿੱਖਾਂ ਨੂੰ, ਖਾਲਸਾ ਸਜਾਇਆ,
ਇਸੇ ਤਰ੍ਹਾਂ ਉਹ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਰਿਆਦਾ ਦ੍ਰਿੜ ਕਰਵਾ ਕੇ ਸਿੰਘ ਖਾਲਸਾ ਸਜਾ ਰਹੇ ਹਨ। ਖਾਲਸਾ, ਖਾਲਸੇ ਉੱਤੇ ਵੀ ਥੋੜ੍ਹਾ ਜਿਹਾ ਹਿੰਟ ਦੇ ਦਿਆਂ। ਖਾਲਸਾ ਲਫ਼ਜ਼ ਗੁਰੂ ਸਵਾਰਿਓ, ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਮਹਾਰਾਜ ਨੇ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਕ 654, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਣੇ। ਖਾਲਸਾ ਲਫ਼ਜ਼, ਇੱਥੇ ਖਾਲਸੇ ਦਾ ਅਰਥ ਆਜ਼ਾਦ ਹੈ। ਭਗਤ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਖਾਲਸੇ ਹੋ ਗਏ ਉਹ ਜਿਨ੍ਹਾਂ ਨੇ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਭਗਤੀ ਕੀਤੀ, ਕਿਉਂਕਿ ਭਗਤ ਦੇ ਤੱਤੇ ਨੂੰ ਸਿਆਰੀ ਲੱਗੀ ਹੈ, ਅਰਥ ਬਣੇਗਾ ਭਗਤੀ। ਖਾਲਸੇ ਲਫ਼ਜ਼ ਉੱਤੇ ਥੋੜ੍ਹਾ ਜਿਹਾ ਹਿੰਟ ਦੇ ਕੇ ਮੈਂ ਫਿਰ ਵਾਪਸ ਮੁੜਦਾ, ਪੰਜ ਕੱਕਿਆਂ ਦੀ ਗੱਲ ਵੀ ਆਪਾਂ ਸਮਝਦੇ ਹਾਂ। ਗੁਰੂ ਸਵਾਰਿਓ, ਨੋਟ ਕਰਿਓ, ਖਾਲਸਾ ਲਫ਼ਜ਼ ਅਰਬੀ ਦਾ ਵੀ ਹੈ ਅਤੇ ਖਾਲਸਾ ਲਫ਼ਜ਼ ਫਾਰਸੀ ਦਾ ਵੀ। ਜਦੋਂ ਵੀ ਕਿਤੇ ਖਾਲਸਾ ਲਫ਼ਜ਼ ਅਰਬੀ ਦਾ ਤਾਂ ਇਹਦਾ ਅਰਥ ਹੈ ਇਹਦਾ ਅਰਥ ਹੈ ਸ਼ੁੱਧ। ਜਦੋਂ ਖਾਲਸਾ ਲਫ਼ਜ਼ ਫਾਰਸੀ ਦਾ, ਇਹਦਾ ਅਰਥ ਹੈ ਆਜ਼ਾਦ। ਖਾਲਸਾ, ਔਰ ਪਹਿਲੀ ਵਾਰ ਕਬੀਰ ਸਾਹਿਬ ਮਹਾਰਾਜ ਨੇ ਖਾਲਸਾ ਲਫ਼ਜ਼ ਵਰਤਿਆ, ਦੂਜੀ ਵਾਰ ਖਾਲਸਾ ਲਫ਼ਜ਼ ਅਕਬਰ ਦਾ ਇੱਕ ਦਰਬਾਰੀ ਹੋਇਆ ਟੋਡਰਮੱਲ। ਇਹ ਦੀਵਾਨ ਟੋਡਰਮੱਲ ਨਹੀਂ ਹੈ ਜਿਹਨੇ, ਤੁਸੀਂ ਸਮਝਦੇ ਹੋ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ, ਉਹਦੀ ਗੱਲ ਨਹੀਂ। ਇਹ ਅਕਬਰ ਵਕਤ ਹੋਇਆ ਟੋਡਰਮੱਲ, ਉਹਨੇ ਉਸ ਵਕਤ ਜ਼ਮੀਨ ਨੂੰ ਚਾਰ ਹਿੱਸਿਆਂ 'ਚ ਵੰਡਿਆ ਸੀ। ਜ਼ਮੀਨ ਦੇ ਇੱਕ ਹਿੱਸੇ ਨੂੰ ਖਾਲਸਾ ਜ਼ਮੀਨ, ਖਾਲਸਾ ਧਰਤੀ ਕਿਹਾ ਗਿਆ ਸੀ। ਖਾਲਸਾ ਧਰਤੀ, ਖਾਲਸਾ ਜ਼ਮੀਨ ਉਹ ਸੀ ਜਿਹਦਾ ਸੰਬੰਧ ਸਿੱਧਾ ਮੁਲਕ ਦੇ ਬਾਦਸ਼ਾਹ ਨਾਲ ਹੁੰਦਾ ਸੀ, ਉੱਤੇ ਕੋਈ ਕਰ ਟੈਕਸ ਨਹੀਂ ਸੀ ਲੱਗਦਾ। ਤੀਸਰੀ ਵਾਰ ਖਾਲਸਾ ਲਫ਼ਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪਣੀਆਂ ਚਿੱਠੀਆਂ 'ਚ ਵਰਤਿਆ। ਚੌਥੀ ਵਾਰ ਖਾਲਸਾ ਲਫ਼ਜ਼ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਇੱਕ ਹੁਕਮਨਾਮਾ ਸਾਹਿਬ ਮਿਲਦਾ ਹੈ, ਮੰਨਿਆ ਜਾਂਦਾ ਕਿ ਜਿਹੜਾ ਗੁਰੂ ਜੀ ਨੇ ਪਟਨਾ ਸਾਹਿਬ ਦੀ ਸੰਗਤ ਦੇ ਨਾਂ 'ਤੇ ਜਾਰੀ ਕੀਤਾ, ਉਹਦੇ ਵਿੱਚ ਨੌਵੇਂ ਪਾਤਸ਼ਾਹ ਨੇ ਲਫ਼ਜ਼ ਖਾਲਸਾ ਵਰਤਿਆ। ਔਰ ਪੰਜਵੀਂ ਵਾਰ ਇਹ ਖਾਲਸਾ ਜਿਹੜਾ ਕਲਗੀਧਰ ਪਿਤਾ ਨੇ ਤਿਆਰ ਕੀਤਾ, ਖਾਲਸਾ। ਹੁਣ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਰਿਆਦਾ ਦ੍ਰਿੜ ਕਰਵਾਈ ਗਈ। ਇਸ ਵਕਤ ਪਾਤਸ਼ਾਹ ਨੇ ਪੰਜ ਕੱਕਿਆਂ ਦੀ ਬਖਸ਼ਿਸ਼ ਕੀਤੀ। ਸੰਖੇਪ ਜਾਂ ਮੈਂ ਬੇਨਤੀ ਕਰਾਂਗਾ, ਡਿਟੇਲ ਤਾਂ ਹੁਣ ਕੇਸਾਂ ਉੱਤੇ ਹੀ ਆਪਾਂ ਜੇ ਗੱਲ ਕਰਨੀ ਹੋਵੇ ਨਾ, ਇਕੱਲੀ ਪੰਜ ਕੱਕਿਆਂ ਵਿੱਚੋਂ ਸਿਰਫ ਕੇਸ ਦੀ ਗੱਲ ਕਰੀਏ ਤਾਂ 2-2.5 ਘੰਟਿਆਂ ਵਿੱਚ ਕੇਸ ਦੀ ਗੱਲ ਹੀ ਹੋਊ, ਪਰ ਆਪਾਂ ਮੋਟੀ ਮੋਟੀ ਗੱਲ ਥੋੜ੍ਹੀ ਜਿਹੀ ਸਮਝ ਲਈਏ। ਪੰਜ ਕੱਕੇ ਸਾਨੂੰ ਜਿਹੜੇ ਬਖਸ਼ੇ, ਕੇਸ ਬਖਸ਼ ਦਿੱਤੇ, ਜੋ ਅਕਾਲ ਪੁਰਖ ਨੇ ਸਾਨੂੰ ਧੁਰੋਂ ਬਖਸ਼ੇ ਹੋਏ ਨੇ, ਆਦਿ ਤੋਂ ਲੈ ਕੇ ਸ਼ੁਰੂ ਤੋਂ ਜਿੰਨੇ ਵੀ ਪੀਰ ਫਿਕੰਬਰ ਹੋਏ, ਔਲੀਏ ਹੋਏ, ਵੱਖ ਵੱਖ ਮਜ਼ਹਬਾਂ ਦੇ ਰਹਿਬਰ ਹੋਏ, ਸਭ ਕੇਸਾਧਾਰੀ ਹੈ। ਬਕਾਇਦਾ ਤੁਹਾਨੂੰ ਦੂਜੇ ਮਤਾਂ ਦੇ ਗ੍ਰੰਥਾਂ ਵਿੱਚ ਕੇਸਾਂ ਦੀਆਂ ਸਿਫਤਾਂ, ਕੇਸਾਂ ਦੀ ਵਡਿਆਈ ਕੀਤੀ ਹੋਈ ਮਿਲੇਗੀ। ਔਰ ਕੇਸ ਕੱਟਣਾ ਤਾਂ ਐਡਾ ਵੱਡਾ ਗੁਨਾਹ ਸੀ ਕਿ ਗੁਰੂ ਸਵਾਰਿਓ, ਜਿਵੇਂ ਕਹਿ ਲਓ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਵੀ ਚੱਲ ਸਿਰ ਕੀ ਕੱਟਣਾ, ਕੇਸ ਹੀ ਕੱਟ ਦਿਓ, ਇੱਕੋ ਗੱਲ ਸੀ। ਜਿਹੋ ਜਿਹੇ ਕੇਸ ਕੱਟ ਦਿੱਤੇ ਸਿਰ, ਉਦਾਹਰਣ ਇੱਕੋ ਹੀ ਦਿਨਾਂ ਰਾਮ ਚੰਦਰ ਨੇ ਪਰਸ਼ੂਰਾਮ ਦਾ ਸਿਰ ਕੱਟਣ ਦੀ ਥਾਂ 'ਤੇ ਕੇਸ ਹੀ ਕੱਟ ਦਿੱਤੇ ਸੀ, ਚੱਲ ਕੇਸ ਕੱਟ ਦੇ, ਇੱਕੋ ਗੱਲ। ਬਹੁਤ ਬਦਨਾਮੀ ਵਾਲਾ ਕੰਮ ਸੀ ਕਿ ਜਿਹਨੂੰ ਬੜੀ ਸਖਤ ਸਜ਼ਾ ਦੇਣੀ ਹੈ, ਸਭ ਤੋਂ ਸਿਰੇ ਵਾਲੀ ਸਜ਼ਾ ਕੇਸ ਕੱਟਣਾ ਮੰਨਿਆ ਜਾਂਦਾ ਸੀ। ਖੈਰ ਡਿਟੇਲ ਨਹੀਂ, ਔਰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਕੇਸ ਲਫ਼ਜ਼। ਬਹੁਤ ਸਾਰੇ ਸਾਡੇ ਮਨਾਂ ਵਿੱਚ ਸਵਾਲ ਨੇ, ਬੜੀਆਂ ਅਸੀਂ ਗੱਲਾਂ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਕੇਸ ਲਫ਼ਜ਼ ਪਾਤਸ਼ਾਹ ਨੇ ਬਖਸ਼ਿਆ, ਲੰਮੜੇ ਵਾਲਾ ਲਫ਼ਜ਼ ਆਇਆ, ਬਹੁਤ ਸਾਰੇ ਪ੍ਰਮਾਣ ਨੇ। ਖੈਰ ਬੇਨਤੀ ਕਰਾਂਗਾ, ਕੇਸ ਮਤਲਬ ਰੱਬ ਦੀ ਰਜ਼ਾ ਵਿੱਚ ਚੱਲਣ ਵਾਲੇ, ਕਾਸ਼ ਧਾਤੂ ਤੋਂ ਕੇਸ ਬਣਿਆ, ਕੇਸ ਕੁਦਰਤੀ ਆਏ ਨੇ, ਕੁਦਰਤ ਨੇ ਬਖਸ਼ੇ ਨੇ, ਸੰਭਾਲ ਲਏ। ਕੇਸ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਬੰਦਾ ਰੱਬ ਦੀ ਰਜ਼ਾ ਵਿੱਚ ਚੱਲਣ ਵਾਲਾ, ਇਹ ਜਿਵੇਂ ਦਾ ਰੱਬ ਨੇ ਬਣਾਇਆ ਉਵੇਂ ਦਾ ਰਹਿ ਰਿਹਾ, ਉਹ ਉਹਦੀ ਰਜ਼ਾ ਵਿੱਚ ਚੱਲਦਾ, ਉਹਦੀ ਬੰਦਗੀ ਕਰਨ ਵਾਲਾ ਹੈ ਕੇਸ। ਫਿਰ ਕੰਗਾ ਬਖਸ਼ਿਆ, ਕੇਸਾਂ ਦੀ ਸੰਭਾਲ ਲਈ, ਕੇਸਾਂ ਦੀ ਸੰਭਾਲ ਲਈ। ਲੱਕੜ ਦਾ ਕੰਘਾ ਸਿਰ ਵਿੱਚ ਰੱਖਣਾ, ਪੰਥਕ ਇਕਸਾਰਤਾ ਵੀ ਹੈ, ਸੌਖਾ ਵੀ ਹੈ, ਅਮੀਰ ਗਰੀਬ ਕੋਈ ਵੀ ਬਹੁਤ ਸੌਖਾ ਕੰਘਾ ਪ੍ਰਾਪਤ ਕਰ ਸਕਦਾ। ਕੰਘਾ ਬਖਸ਼ ਦਿੱਤਾ, ਕੇਸਾਂ ਦੀ ਸੰਭਾਲ ਲਈ, ਪਰ ਕੁਝ ਸੱਜਣ ਸਮਝਣ ਲਈ ਇਹ ਵੀ ਗੱਲ ਕਰਦੇ ਆ
ਉਹ ਕਹਿੰਦੇ ਵੀ ਸਿੱਖਾ ਕੰਘੇ ਤੋਂ ਸਿੱਖਿਆ ਲੈ ਲੈ, ਕੰਘਾ ਤੈਨੂੰ ਦੱਸਦਾ ਕਿ ਮੇਰੇ ਤੇ ਆਰੀ ਚੱਲੀ ਹੈ, ਫਿਰ ਤੇਰੇ ਸਿਰ ਤੇ ਸਿਰ 'ਚ ਥਾਂ ਮਿਲ ਗਿਆ, ਤੇਰੇ ਸੀਸ ਤੇ ਥਾਂ ਮਿਲ ਗਿਆ, ਤੂੰ ਗੁਰੂ ਵੱਲੋਂ ਮੂੰਹ ਨਾ ਮੋੜੀ, ਤੇਰੇ ਤੇ ਭਾਵਾਂ ਆਰਾ ਵੀ ਚੱਲ ਜੇ, ਤੈਨੂੰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦੀ ਜ਼ਰੂਰ ਨਸੀਬ ਹੋਊਗੀ। ਮੇਰੇ ਉੱਤੇ ਆਰੀ ਚੱਲੀ ਤੇ ਤੇਰੇ ਸੀਸ ਵਿੱਚ ਥਾਂ ਮਿਲਿਆ, ਤੇਰੇ ਉੱਤੇ ਆਰਾ ਚੱਲੇ ਤੈਨੂੰ ਵੀ ਸਤਿਗੁਰੂ ਦੀ ਗੋਦੀ 'ਚ ਥਾਂ ਮਿਲੇਗਾ। ਕੇਸ ਕੰਘਾ ਕੜਾ ਬਖਸ਼ ਦਿੱਤਾ, ਕੜਾ ਮਤਲਬ ਕਿਸੇ ਪਾਸੇ ਵੀ ਹੱਥ ਅੱਗੇ ਕਰੋ, ਕੜਾ ਅੱਗੇ ਆ ਕੇ ਤੁਹਾਨੂੰ ਯਾਦ ਕਰਾਉਂਦਾ ਕਿ ਆਪਾਂ ਗੁਰੂ ਗੋਬਿੰਦ ਸਿੰਘ ਦੇ ਹਾਂ। ਹੁਣ ਇਹਨਾਂ ਹੱਥਾਂ ਨਾਲ ਅਸੀਂ ਪਰਾਇਆ ਤਨ ਨਹੀਂ ਛੂਹਣਾ, ਪਰਾਇਆ ਧਨ ਨਹੀਂ ਚੁੱਕਣਾ, ਬੁਰੇ ਪਾਸੇ ਨਹੀਂ ਜਾਣਾ, ਵਹਿਮ ਭਰਮ ਅਸੀਂ ਨਹੀਂ ਕਰਨੇ, ਕਰਮ ਕਾਂਡ ਅਸੀਂ ਨਹੀਂ ਕਰਨੇ। ਇਹਨਾਂ ਕੜਿਆਂ ਵਾਲੇ ਹੱਥਾਂ 'ਤੇ ਮੌਲੀਆਂ ਜਾਂ ਹੋਰ ਤਰ੍ਹਾਂ ਦਾ ਜੋ ਅੱਜ ਚੱਲਦਾ ਨਗਾਂ ਵਾਲੀਆਂ ਸ਼ਾਂਪਾਂ, ਇਹ ਸਭ ਚੀਜ਼ਾਂ ਨਹੀਂ ਜੱਚਦੀਆਂ, ਕਿਉਂਕਿ ਕੜਾ ਤਾਂ ਦੱਸ ਰਿਹਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਜੋ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਲਿਖਿਆ, ਕੜਾ ਉਸੇ ਗੱਲ ਦਾ ਪ੍ਰਤੀਕ ਹੈ ਜੋ ਪਾਤਸ਼ਾਹ ਕਹਿੰਦੇ ਨੇ, ਤੰਤ ਮੰਤਰ ਨਾ ਜੋਹਈ ਤਿਤ ਚਾਖ ਨਾ ਲਾਗੈ। ਤੰਤਰ ਮੰਤਰ ਯੰਤਰ ਨਹੀਂ ਚੱਲਦੇ, ਬੁਰੀ ਨਜ਼ਰ ਨਹੀਂ ਲੱਗਦੀ। ਕੜਾ ਬਖਸ਼ ਦਿੱਤਾ, ਕਿਰਪਾਨ ਕਿਰਪਾ ਪਲੱਸ ਆਣ, ਕਿਰਪਾਨ ਹੈ ਇਹੀ ਕਿਸੇ ਜ਼ੁਲਮ ਦੇ ਜ਼ਾਲਮ ਦੇ ਹੱਥ ਵਿੱਚ ਹੋਵੇ ਤੇ ਇਹਨੂੰ ਤਲਵਾਰ ਕਹਿੰਦੇ ਆ, ਸਹਿਜ ਨਹੀਂ ਬਦਲਦਾ, ਉਹੀ ਚੀਜ਼ ਹੁੰਦੀ ਹੈ। ਪਰ ਜਦੋਂ ਇੱਕ ਗੁਰਬਾਣੀ ਨੂੰ ਜਿਉਣ ਵਾਲੇ ਸਿੱਖ ਦੇ ਹੱਥ ਵਿੱਚ ਆਵੇ ਫਿਰ ਇਹ ਕਿਰਪਾਨ ਹੈ। ਤਲਵਾਰ ਕਿਵੇਂ ਬਣ ਗਈ ਜ਼ਾਲਮ ਦੇ ਹੱਥ ਵਿੱਚ? ਕਿਉਂਕਿ ਉਹਨੇ ਜ਼ੁਲਮ ਕਰਨਾ, ਉਹਨੇ ਅਤਿਆਚਾਰ ਕਰਨਾ, ਧੱਕੇਸ਼ਾਹੀ ਕਰਨੀ ਹੈ, ਬੇਇਨਸਾਫ਼ੀ ਕਰਨੀ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਉਣ ਵਾਲਾ ਸਿੱਖ ਹੈ ਉਹਨੂੰ ਤਾਂ ਹਮੇਸ਼ਾ ਅਹਿਸਾਸ ਰਹਿਣਾ ਕਿ ਮੈਂ ਇਸ ਕਿਰਪਾਨ ਨਾਲ ਕਿਸੇ ਨੂੰ ਡਰਾਉਣਾ ਨਹੀਂ। ਜੇ ਡਰਾਉਣ ਲਈ ਵਰਤ ਰਿਹਾ ਤਾਂ ਫਿਰ ਇਹ ਕਿਰਪਾਨ ਨਹੀਂ ਰਹਿਣੀ, ਦਿੱਖ ਭਾਵੇਂ ਸਿੱਖਾਂ ਵਾਲੀ ਵੀ ਹੋਵੇ, ਫਿਰ ਤਾਂ ਇਹ ਤਲਵਾਰ ਬਣ ਗਈ। ਪਹਿਲੀ ਗੱਲ, ਅਸੀਂ ਕਿਸੇ ਨੂੰ ਡਰਾਉਣਾ ਨਹੀਂ। ਦੂਜੀ ਗੱਲ ਹੈ, ਬਾਅਦ ਵਿੱਚ ਇਹ ਗੱਲ ਲਿਖੀ ਹੈ ਕਿ ਅਸੀਂ ਕਿਸੇ ਤੋਂ ਡਰਨਾ ਨਹੀਂ, ਡਰਾਉਣਾ ਨਹੀਂ ਕਿਸੇ ਨੂੰ। ਇਹ ਪਹਿਲਾਂ ਲਿਖਿਆ ਨੌਵੇਂ ਪਾਤਸ਼ਾਹ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਵਖਾਣ। ਨਾ ਅਸੀਂ ਕਿਸੇ ਤੋਂ ਡਰਦੇ ਹਾਂ, ਨਾ ਕਿਸੇ ਨੂੰ ਡਰਾਉਂਦੇ ਹਾਂ। ਇਹ ਹੈ ਕਿਰਪਾਨ ਦਾ ਮੈਸੇਜ। ਕਸ਼ਹਿਰਾ ਬਖਸ਼ ਦਿੱਤਾ, ਜਤਸਕ ਦਾ ਪ੍ਰਤੀਕ ਵੀ ਹੈ, ਜੰਗਾਂ ਯੁੱਧਾਂ ਮੌਕੇ ਵੀ ਇੱਕ ਚੰਗੀ ਵਰਦੀ ਹੈ। ਕਸ਼ਹਿਰੇ ਦੀ ਬਖਸ਼ਿਸ਼ ਕੀਤੀ ਸਤਿਗੁਰੂ ਨੇ, ਬਹੁਤ ਵੱਡੀਆਂ ਮਾਨਤਾਵਾਂ ਨੇ। ਹੁਣ ਇਹ ਪੰਜ ਕੱਕੇ ਸਾਨੂੰ ਸਤਿਗੁਰੂ ਨੇ ਬਖਸ਼ੇ, ਜੇ ਤਾਂ ਪੰਜ ਕੱਕਿਆਂ ਦੀ ਸਿੱਖਿਆ ਨੂੰ ਆਪਾਂ ਸੁਰਤ ਵਿੱਚ ਵਸਾ ਕੇ ਰੱਖਦੇ ਹਾਂ ਫਿਰ ਤਾਂ ਮੁਬਾਰਕ ਹੈ। ਕਕਾਰ ਪਹਿਨਣੇ ਮੁਬਾਰਕ ਹੈ, ਕੇਸ ਸੰਭਾਲੇ ਮਤਲਬ ਬੰਦਗੀ ਕਰਨ ਵਾਲਾ ਹੈ, ਕੰਘਾ ਸੰਭਾਲਦਾ ਕੁਰਬਾਨੀ ਲਈ ਵੀ ਤਿਆਰ ਹੈ, ਸਫਾਈ ਦਾ ਪ੍ਰਤੀਕ ਵੀ ਹੈ, ਔਰ ਕੜਾ ਪਾਇਆ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ, ਕਿਰਪਾਨ ਪੈਣੀ ਹੈ, ਨਾ ਕਿਸੇ ਨੂੰ ਡਰਾਉਂਦਾ ਅਤੇ ਨਾ ਕਿਸੇ ਤੋਂ ਡਰਦਾ। ਕਸ਼ਹਿਰਾ ਪਾਇਆ ਦਾ ਮਤਲਬ ਕਿਰਦਾਰ ਵਿੱਚ ਪ੍ਰਪੱਕ ਹੈ। ਜੇ ਤਾਂ ਗੁਰੂ ਸਵਾਰਿਓ ਨੋਟ ਕਰਿਓ, ਇਹਨਾਂ ਕਕਾਰਾਂ ਦੀ ਸਿੱਖਿਆ ਨੂੰ ਆਪਣੀ ਸੁਰਤ ਵਿੱਚ ਵਸਾ ਲਿਆ ਫਿਰ ਤਾਂ ਮੁਬਾਰਕ ਹਾਂ ਆਪਾਂ ਸਭ। ਪਰ ਜੇ ਕਕਾਰ ਪਹਿਨ ਲਏ, ਕਕਾਰਾਂ ਦੀ ਸਿੱਖਿਆ ਨੂੰ ਸੁਰਤ ਵਿੱਚ ਨਾ ਵਸਾਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਦਾ ਬਚਨ ਹੈ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਹੁਣ ਜਦੋਂ ਟਿੱਕਾ ਅਤੇ ਤੱਗ ਲੱਭ ਜਾਊਗਾ, ਜ਼ਿਆਦਾਤਰ ਅਸੀਂ ਟਿੱਕੇ ਲਾਉਣ ਵਾਲੇ ਲੋਕਾਂ ਉੱਤੇ ਬੜੇ ਵਿਅੰਗ ਕਸਾਂਗੇ, ਉਹਨਾਂ ਲੋਕਾਂ ਨੂੰ ਕਹਾਂਗੇ। ਪਰ ਧਿਆਨ ਰੱਖਿਓ, ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਪ੍ਰਾਣੀ ਮਾਤਰ ਲਈ ਹੈ ਗੁਰਬਾਣੀ ਦਾ ਗਿਆਨ। ਜੇ ਟਿੱਕਾ ਤੱਗ ਆ ਗਿਆ ਤਾਂ ਮਤਲਬ ਇਹ ਨਹੀਂ ਕਿਰਪਾਨਾਂ ਪਹਿਨ ਕੇ ਅਸੀਂ ਸੋਚੀਏ ਸਾਨੂੰ ਤਾਂ ਕੋਈ ਗੱਲ ਕਹੀ ਨਹੀਂ ਗੁਰੂ ਜੀ ਨੇ, ਸਾਡੇ ਲਈ ਵੀ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਜੇ ਗੁਰੂ ਦਾ ਗਿਆਨ ਨਹੀਂ ਕਮਾਉਂਦੇ, ਇਹ ਕਬੂਲ ਕਰੀਏ ਅਸੀਂ, ਫਿਰ ਕੀ ਕਸ਼ਹਿਰਾ ਕੀ ਪੱਗ ਜੀ। ਇਮਾਨਦਾਰੀ ਨਾਲ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝੀਏ। ਕੇਸ ਸੰਭਾਲੇ ਬੰਦਗੀ ਵਾਲੇ ਲੋਕ ਹਾਂ, ਹੁਣ ਕੇਸ ਸੰਭਾਲਣੇ ਮੁਬਾਰਕ ਹੈ। ਦੂਜਾ ਪਾਸਾ ਵੀ ਮੈਂ ਨਾਲ ਨਾਲ ਕਹਾਂ, ਜੇ ਕੇਸ ਸੰਭਾਲ ਕੇ ਜਿਹਨਾਂ ਦਾੜੀ ਸੰਭਾਲੀ, ਮਹਾਰਾਜ ਨੇ ਬਾਣੀ 'ਚ ਕਿਹਾ ਸਾਬਤ ਸੂਰਤ ਦਸਤਾਰ ਸਿਰਾ, ਮੁਬਾਰਕ ਹੈ ਜਿਹਨਾਂ ਨੇ ਕੇਸ ਸੰਭਾਲੇ, ਰੋਮ ਸੰਭਾਲੇ ਨੇ। ਪਰ ਜੇ ਕੇਸ ਦਾੜੇ ਸੰਭਾਲ ਕੇ ਵੀ ਅਸੀਂ ਕੰਮ ਇਹੋ ਜਿਹੇ ਕਰਨੇ ਨੇ, ਮੰਨ ਲਓ ਹੁਣ ਸੌਖੇ ਲਫਜ਼ਾਂ 'ਚ ਬੇਨਤੀ ਕਰਾਂ, ਦਾੜੀ ਤਾਂ ਸੰਭਾਲੀ ਹੈ,
ਪਰ ਸ਼ਾਮ ਨੂੰ 5 ਵਜੇ ਨਾਲ ਖੜਾ ਉੱਥੇ ਹੈ, ਕਿੱਥੇ ਭਲਾ? ਹਾਂਜੀ, ਥੋੜ੍ਹਾ ਜਿਹਾ ਤੁਸੀਂ ਵੀ ਖਾਲੀ ਥਾਂ ਭਰ ਦਿਆ ਕਰੋ, ਕਿੱਥੇ ਖੜਾ? ਅਤੇ ਹੁਣ ਮੈਨੂੰ ਦੱਸੋ ਵੀ ਫਿਰ ਹੁਣ ਇਹ ਕੇਸਾ ਧਾਰੀ ਬੰਦਾ ਕਿਤੇ ਸੋਚੇ ਮੈਂ ਪਤਿਤ ਨਹੀਂ ਹੈ? ਕਿਉਂਕਿ ਇਹ ਹਕੀਕਤ, ਅਸੀਂ ਪਤਿਤ ਲਫ਼ਜ਼ ਸਿਰਫ ਉਹਨਾਂ ਲੋਕਾਂ ਲਈ ਵਰਤਦੇ ਹਾਂ ਜਿਨ੍ਹਾਂ ਨੇ ਕੇਸ ਕਟਾ ਦਿੱਤੇ। ਪਤਿਤ ਦਾ ਅਰਥ ਹੈ ਜਿਹੜਾ ਧਰਮ ਦੇ ਅਸੂਲਾਂ ਤੋਂ ਡਿੱਗ ਪਿਆ, ਕੇਸ ਸੰਭਾਲੇ ਨੇ ਪਰ ਧਰਮ ਦੇ ਅਸੂਲਾਂ ਤੋਂ ਡਿੱਗਿਆ ਹੋਇਆ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾਹ ਅਗਨ ਮੈਂ ਸਾੜੀ। ਕੇਸ ਦਾੜਾ ਤਾਂ ਸੰਭਾਲਿਆ ਪਰ ਕੰਮ ਇਹੋ ਜਿਹੇ ਕਰਦਾ, ਕੰਘਾ ਤਾਂ ਰੱਖਿਆ ਪਰ ਕੁਰਬਾਨੀ ਲਈ ਕਦੇ ਸੋਚਿਆ ਵੀ ਨਹੀਂ, ਕੜਾ ਵੀ ਪਾਇਆ। ਕਿਉਂਕਿ ਦੂਜਾ ਪਾਸਾ ਵੀ ਆਪਾਂ ਨਾਲ ਸਮਝ ਲਈਏ, ਇਹ ਅੱਜ ਜ਼ਿਆਦਾਤਰ ਚੱਲ ਰਿਹਾ, ਕੜਾ ਪਾਇਆ, ਮੁਬਾਰਕ ਹੈ। ਕੜੇ ਦੇ ਨਾਲ ਹੀ ਵਿਪਰਵਾਦੀ ਮੌਲੀ ਵੀ ਬੰਨ ਕੇ ਬੈਠਾ। ਬੁਰਾ ਨਾ ਮਨਾਇਓ ਮੇਰਾ ਵੀਰ, ਫਿਰ ਇਸ ਕੜੇ ਦਾ ਕੋਈ ਅਰਥ ਰਿਹਾ? ਕੜਾ ਵੀ ਪਾਇਆ ਤੇ ਨਗ ਵਾਲੀ ਸ਼ਾਂਪ ਵੀ ਪਾਈ ਹੈ। ਜੇ ਕੜਾ ਪਾਇਆ ਦਾ ਮਤਲਬ ਅਸੀਂ ਕਿਸੇ ਕਰਮਕਾਂਡ ਨੂੰ ਨਹੀਂ ਮੰਨਦੇ, ਅਸੀਂ ਜੋਤਿਸ਼ ਨੂੰ ਨਹੀਂ ਮੰਨਦੇ, ਕਿਉਂਕਿ ਸਾਡੇ ਗੁਰੂ ਨੇ ਬਾਣੀ ਵਿੱਚ ਕਿਹਾ, ਗਣ ਗਣ ਜੋਤਕ ਕਾਂਢੀ ਕੀਨੀ ਪੜ੍ਹਾ ਸੁਣਾਵੈ ਤੱਤ ਨਾ ਚੀਨੀ। ਕਹਿੰਦੇ ਜਿਹੜੇ ਗਿਣਤੀਆਂ ਮਿਣਤੀਆਂ ਦਾ ਹਿਸਾਬ ਕਿਤਾਬ ਲਾਉਂਦੇ ਆ ਨਾ ਜੀ, ਇਸ ਇਲਾਕੇ 'ਚ ਕੁਝ ਜ਼ਿਆਦਾ ਚੱਲਦਾ ਮੈਨੂੰ ਪਤਾ, ਗਿਣਤੀਆਂ ਮਿਣਤੀਆਂ ਦਾ ਹਿਸਾਬ ਕਿਤਾਬ ਲਾ ਕੇ ਲੋਕਾਂ ਨੂੰ ਦੱਸਦੇ ਭਵਿੱਖ, ਪੜ੍ਹੈ ਸੁਣਾਵੈ ਤੱਤ ਨਾ ਚੀਨੀ। ਇਹ ਤੱਤ ਨੂੰ ਨਹੀਂ ਜਾਣਦੇ, ਅਸਲੀਅਤ ਨੂੰ ਨਹੀਂ ਜਾਣਦੇ ਜੋਤਸ਼ੀ, ਇਹ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹੀ ਹੋਈ ਹੈ। ਜੇ ਆਪਾਂ ਕੜਾ ਪਾਇਆ ਦਾ ਮਤਲਬ ਅਸੀਂ ਜੋਤਿਸ਼ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਵੈ ਪੜਚੋਲ ਕਰ ਲਓ ਆਪੋ ਆਪਣੇ ਅੰਦਰ। ਅਸੀਂ ਆਪਾਂ ਜਿੰਨੇ ਬੈਠੀ ਹਾਂ ਜਵਾਬ ਦਿਓ, ਹੁੰਗਾਰਾ ਭਰਿਓ, ਜੋਤਿਸ਼ ਵਿੱਦਿਆ ਹੁੰਦੀ ਜਾਂ ਨਹੀਂ ਹੁੰਦੀ ਜੀ? ਬੋਲੋ, ਸਭ ਚੁੱਪ ਨੇ, ਬਹੁਤ ਚੁੱਪ ਨੇ, ਕਿਰਪਾ ਕਰਕੇ ਥੋੜ੍ਹਾ ਜਵਾਬ ਦਿਓ ਫਿਰ ਆਪਾਂ ਅੱਗੇ। ਜੋਤਿਸ਼ ਗੁਰੂ ਜੀ ਨੇ ਬਾਣੀ 'ਚ ਕਿਹਾ, ਪੜ੍ਹੈ ਸੁਣਾਵੈ ਤੱਤ ਨਾ ਚੀਨੀ। ਗੁਰੂ ਜੀ ਕਹਿੰਦੇ ਇਹਨੂੰ ਅਸਲੀਅਤ ਦਾ ਨਹੀਂ ਪਤਾ। ਤੁਸੀਂ ਦੱਸੋ, ਜੋਤਿਸ਼ੀ ਨੂੰ ਅਸਲੀਅਤ ਦਾ ਪਤਾ ਹੁੰਦਾ ਜਾਂ ਨਹੀਂ? ਜਿਹੜੇ ਅਜੇ ਵੀ ਭੈਣ ਭਰਾ ਚੁੱਪ ਨੇ, ਇਹਦਾ ਮਤਲਬ ਸਮਝ ਰਹੇ ਕਿ ਉਹ ਗੁਰੂ ਨਾਨਕ ਨੂੰ ਛੱਡ ਕੇ ਜੋਤਿਸ਼ੀ ਦੀ ਗੋਦੀ ਵਿੱਚ ਬੈਠ ਰਹੇ। ਇਹਦਾ ਮਤਲਬ ਇਹ ਹੈ ਜੀ, ਅਸੀਂ ਸਾਖੀਆਂ ਸੁਣੀਆਂ ਕਿ ਮੂਲੇ ਖੱਤਰੀ ਨੇ ਦਰਵਾਜ਼ਾ ਬੰਦ ਕਰ ਲਿਆ ਜਦੋਂ ਗੁਰੂ ਸਾਹਿਬ ਆਏ, ਮੂਲਿਆ ਘਰੀ ਹੈ, ਉਹ ਛੁੱਪ ਗਿਆ ਆਪਣੀ ਵੋਟੀ ਦੇ ਆਕੇ ਲੱਗ ਕੇ। ਉਹ ਛੁਪਿਆ ਜ਼ਰੂਰ ਸੀ ਪਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਗੋਦੀ 'ਚ ਤਾਂ ਨਹੀਂ ਸੀ ਨਾ ਬੈਠਾ। ਅੱਜ ਅਸੀਂ ਹੋਰਾਂ ਦੀਆਂ ਗੋਦੀਆਂ 'ਚ ਆ ਕੇ ਬਹਿਨੇ। ਬਾਣੀ ਵਿੱਚੋਂ ਇਹ ਥੋੜ੍ਹਾ ਜਿਹਾ ਮੈਨੂੰ ਲੱਗਦੀ ਹੈ ਲੋੜ, ਇਹਦੀ ਗੱਲ ਨੂੰ ਸਮਝ ਲਿਓ ਚੰਗੀ ਤਰ੍ਹਾਂ। ਪਾਤਸ਼ਾਹ ਕਹਿੰਦੇ ਨੇ, ਤੰਤ ਮੰਤ ਨਾ ਜੋ ਹਈ ਤਿਤ ਚਾਖ ਨਾ ਲੱਗੈ। ਤੰਤਰ ਮੰਤਰ ਯੰਤਰ ਨਹੀਂ ਚੱਲਦੇ, ਬੁਰੀ ਨਜ਼ਰ ਨਹੀਂ ਲੱਗਦੀ। ਕਿਰਪਾ ਕਰਕੇ ਜਵਾਬ ਦਿਓ ਜੀ, ਬੁਰੀ ਨਜ਼ਰ ਲੱਗਦੀ ਜਾਂ ਨਹੀਂ ਲੱਗਦੀ? ਹਾਂਜੀ, ਬਜ਼ੁਰਗ ਮਾਵਾਂ ਚੁੱਪ ਨੇ, ਬਜ਼ੁਰਗ ਮਾਵਾਂ ਦਾ ਨਹੀਂ ਆਇਆ ਹੁੰਗਾਰਾ। ਦੱਸੋ ਮਾਤਾ ਜੀ, ਬੁਰੀ ਨਜ਼ਰ ਲੱਗਦੀ ਕਿ ਨਹੀਂ? ਮੈਂ ਤੁਹਾਨੂੰ ਤਾਂ ਪੁੱਛਦਾ, ਤੁਸੀਂ ਬਾਅਦ 'ਚ ਗੱਲਾਂ ਬਣਾਉਣੀਆਂ। ਇਹਨੂੰ ਬੜਾ ਪਤਾ, ਕੱਲ੍ਹ ਦੇ ਛੋਕਰੇ ਨੂੰ ਨਜ਼ਰ ਤਾਂ ਭੈਣੇ ਪੱਥਰਾਂ ਨੂੰ ਪਾੜ ਦਿੰਦੀ ਹੈ। ਇਸ ਕਰਕੇ ਨੋਟ ਕਰਿਓ, ਮਾਨਸਿਕਤਾ ਸਾਡੀ ਇੰਨੀ ਬਿਮਾਰ ਹੋ ਚੁੱਕੀ ਹੈ ਗੁਰੂ ਸਵਾਰਿਓ, ਆ ਤੁਹਾਡੇ ਇੱਥੇ ਦੁਆਬੇ 'ਚ, ਹੁਣ ਤਾਂ ਸਾਡੇ ਮਾਲਵੇ ਵਾਲਿਆਂ ਨੂੰ ਵੀ ਰੀਸ ਬਹੁਤ ਹੋਈ ਆ, ਦੁਆਬੇ 'ਚ ਬਹੁਤ ਜ਼ਿਆਦਾ ਵੱਡੇ ਵੱਡੇ ਮਕਾਨ ਜ਼ਿਆਦਾ ਨੇ ਮਾਲਵੇ ਦੇ ਮੁਕਾਬਲੇ, ਮੱਝ ਦੇ ਮੁਕਾਬਲੇ ਵੀ ਵੱਧ ਕਹਿ ਸਕਦੇ। ਤੁਸੀਂ ਦੇਖੋ, ਕਰੋੜ ਕਰੋੜ, ਡੇਢ ਡੇਢ ਕਰੋੜ ਰੁਪਏ ਦੀ ਕੋਠੀ ਪਾ ਕੇ ਆਪਣੀ ਮਾਨਸਿਕਤਾ ਦਾ ਬੰਦਾ ਦਿਵਾਲਾ ਕਦੋਂ ਕੱਢਦਾ ਹੈ? ਜਦੋਂ ਬਦਸ਼ਕਲ ਜਾਂ ਨਜ਼ਰ ਪੱਟੂ ਲਾਇਆ, ਐਡੀ ਜੀਭ ਕੱਢੀ, ਹੈ ਉੱਥੋਂ ਪਤਾ ਲੱਗ ਜਾਂਦਾ ਵੀ ਲੈ ਇਹ ਵਿਚਾਰੇ ਨੇ। ਕੁੱਲੀਆਂ ਵਾਲਿਆਂ ਵੱਲ ਤਾਂ ਹੱਥ ਕਰਕੇ ਲੰਘਦੇ ਆ ਕਈ ਵਾਰੀ, ਇਹ ਵਿਚਾਰੇ ਟਾਈਮ ਕੱਢਦੇ ਨੇ। ਤੇ ਕਿਸੇ ਨੇ 2 ਕਰੋੜ ਰੁਪਏ ਦੀ ਕੋਠੀ ਪਾਈ ਹੋਵੇ, ਉੱਤੇ ਨਜ਼ਰ ਪੱਟੂ ਲਾਇਆ ਹੋਵੇ, ਕਦੇ ਕਹੇ ਇਹ ਵਿਚਾਰਾ ਲੈ ਦੇਖ ਲੈ, ਇਹਨਾਂ ਚੀਜ਼ਾਂ 'ਚ ਉਲਝਿਆ। ਇਹ ਵੀ ਵਿਚਾਰੇ ਨੇ, ਗੁਰੂ ਦੇ ਗਿਆਨ ਤੋਂ ਟੁੱਟਿਆ ਹਰ ਬੰਦਾ ਵਿਚਾਰ ਹੈ। ਨੰਗ ਵੀ ਲਿਖਿਆ ਮਹਾਰਾਜ ਨੇ ਤਾਂ ਬਾਣੀ 'ਚ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ। ਗੁਰੂ ਦੇ ਗਿਆਨ ਤੋਂ ਟੁੱਟਿਆ ਬੰਦਾ ਨੰਗ ਹੀ ਤੁਰਿਆ ਫਿਰਦਾ, ਪਤਾ ਹੀ ਕੱਖ ਨਹੀਂ। 2 ਕਰੋੜ ਦੀ ਕੋਠੀ ਪਾ ਕੇ ਉੱਤੇ ਨਜ਼ਰ ਪੱਟੂ ਜੀਵ, ਉਹਦਾ ਸੌਖਾ ਜਿਹਾ ਇਹ ਵੀ ਸੁਨੇਹਾ। ਵੈਸੇ ਮੈਂ ਕਈ ਵਾਰੀ ਹੱਸਦਾ ਹੋਇਆ ਕਹਿੰਦਾ ਹੁੰਦਾ ਕਿ ਅਸਲ 'ਚ ਨਜ਼ਰ ਪੱਟੀ ਕਾਹਨੂੰ ਲਾਇਆ, ਉਹ ਸੁਨੇਹਾ ਦਿੰਦੇ ਆ ਗੁਆਂਢੀਆਂ ਨੂੰ ਵੀ ਵੇਖਣ ਨੂੰ ਸੋਹਣੀ ਲੱਗਦੀ ਹੈ, ਪੰਗਾ ਨਾ ਲੈ ਲਿਓ, ਆ ਜੀਵ ਕਢਾ ਦੀ ਕਰਨੇ। ਇਸ ਕਰਕੇ ਨੋਟ, ਇਹਨਾਂ ਚੀਜ਼ਾਂ ਤੋਂ ਅਸੀਂ ਕੜੇ ਵੀ ਪਾਏ ਨੇ ਤੇ ਫਿਰ ਨਜ਼ਰ ਪੱਟੂ ਨੇ ਸਾਡੇ। 25 ਲੱਖ ਦੀ ਗੱਡੀ ਲੈ ਕੇ ਤਾਂ ਸੜਿਆ ਜਾ, ਉੱਤੇ ਸਿੱਤਰ ਟੰਗ ਲੈਣਾ ਆਪਾਂ, ਊਂ ਅਸੀਂ ਕਹਿੰਦੇ ਅਸੀਂ ਕੀ ਹਾਂ ਜੀ, ਵਾਹਿਗੁਰੂ ਜੀ ਕਾ ਲੈ ਦੇਖਦਾ ਸੀ ਖਾਲਸਾ ਲੈ।
ਇਹ ਵੀ ਖਾਲਸਾ ਕਿਸਮ ਹੈ ਕੋਈ। ਇੱਦਾਂ ਦੇ ਖਾਲਸਿਆਂ ਦੀ ਕੋਈ ਗੱਲ ਨਹੀਂ ਹੈ ਗੁਰੂ ਸਵਾਰਿਓ, ਨੋਟ ਕਰਿਓ। ਇਹੋ ਜਿਹਾ ਖਾਲਸਾ ਥੋੜ੍ਹਾ ਬਣਾਇਆ ਸੀਗਾ। ਇਹੋ ਜੇ ਆਪਾਂ ਬਣਦੇ ਜਾਂਦੇ ਹਾਂ, ਆਪੋ ਆਪਣੇ ਮਨਾਂ ਅੰਦਰ ਨਿਗਾਹ ਮਾਰੇ। ਜੋਤਿਸ਼ ਵਿੱਦਿਆ ਸਭ ਬਕਵਾਸ ਚੀਜ਼ਾਂ ਨੇ, ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ। ਹਿੰਟ ਦੇ ਦਿਆਂ, ਬਜ਼ੁਰਗ ਮਾਵਾਂ ਨੋਟ ਕਰ ਲਓ, ਮਾਤਾ ਜੀ ਮਾਵਾਂ ਵਿੱਚ ਐਡੀ ਤਾਕਤ ਹੈ। ਬੜਾ ਤਕੜਾ, ਪੁਰਾਣੀ ਗੱਲ ਇਤਿਹਾਸਿਕ, ਬੜਾ ਤਕੜਾ ਜੋਤਿਸ਼ੀ ਸੀ ਸੁਕਰਾਤ। ਤਾਰਿਆਂ ਦਾ ਹਿਸਾਬ ਕਿਤਾਬ ਜਿਹਾ ਲਾਉਂਦਾ ਲਾਉਂਦਾ ਨਾ, ਕਿਉਂਕਿ ਮੈਂ ਤਾਂ ਇਹ ਗੱਲ ਕੀਤੀ ਵੀ ਕੜੇ ਪਾਏ ਨੇ ਸਾਡੇ ਅੰਦਰੋਂ, ਇਹ ਬਿਮਾਰੀਆਂ ਤਾਂ ਨਿਕਲ ਜਾਣ ਘੱਟੋ ਘੱਟ, ਕੜੇ ਪਾਏ ਵੀ ਮੁਬਾਰਕ ਹੋ ਜਾਣ। ਨਹੀਂ ਤਾਂ ਅਸੀਂ ਕੜੇ ਨੂੰ ਮਜ਼ਾਕ ਕਰੀ ਜਾਂਦੇ ਹਾਂ ਕਲਗੀਧਰ ਪਾਤਸ਼ਾਹ ਦੀ ਇਸ ਬਖਸ਼ਿਸ਼ ਨੂੰ ਵੀ। ਤਾਰਿਆਂ ਦਾ ਹਿਸਾਬ ਕਿਤਾਬ ਜਿਹਾ ਲਾਉਂਦਾ ਲਾਉਂਦਾ ਗ੍ਰਹਿ ਨਛੱਤਰਾਂ ਦਾ ਖੂਹ ਵਿੱਚ ਡਿੱਗ ਪਿਆ ਸੁਕਰਾਤ। ਖੂਹ ਵਿੱਚ ਡਿੱਗੇ ਨੇ, ਹਾਏ ਕਰਲਾਪ ਸ਼ੁਰੂ ਕੀਤਾ ਜੀ ਉਹਨੇ, ਧਿਆਨ ਰੱਖੋ, ਹਾਏ ਕਰਲਾਪ ਸ਼ੁਰੂ ਕੀਤਾ। ਇਹਦੀਆਂ ਆਵਾਜ਼ਾਂ ਉਸ ਬੀਬੀ ਨੂੰ ਸੁਣਾਈ ਦਿੱਤੀਆਂ, ਸੁਣਾਈ ਦੇ ਗਈਆਂ ਉਸ ਬੀਬੀ ਨੂੰ ਆਵਾਜ਼ਾਂ। ਬਜ਼ੁਰਗ ਸੀ ਮਾਤਾ, ਉਹਨੇ ਵੇਖਿਆ ਕੋਈ ਡਿੱਗਿਆ ਲੱਗਦਾ, ਉਹਨੇ ਆਸੇ ਪਾਸੇ ਰੌਲਾ ਪਾਇਆ, ਚਲੋ ਜੀ ਇਹਨੂੰ ਕੱਢਿਆ, ਸੁਕਰਾਤ ਨੂੰ ਕੱਢਿਆ ਸੀ, ਖੂਹ 'ਚੋਂ ਕੱਢ ਲਿਆ। ਜਦੋਂ ਬਚ ਗਿਆ ਤਾਂ ਬਚਾਅ ਹੋ ਗਿਆ, ਅਤੇ ਫਿਰ ਇਹਨੂੰ ਪਤਾ ਲੱਗ ਗਿਆ ਕਿ ਇਸ ਮਾਤਾ ਨੇ ਸਭ ਤੋਂ ਪਹਿਲਾਂ ਰੌਲਾ ਪਾਇਆ ਅਤੇ ਮੈਨੂੰ ਬਚਾਇਆ। ਕਹਿੰਦਾ ਮਾਤਾ ਕਦੇ ਵਕਤ ਕੱਢ ਕੇ ਮੇਰੇ ਕੋਲ ਆਈ, ਮੈਂ ਤੇਰਾ ਭਵਿੱਖ ਦੱਸੂੰਗਾ। ਸੁਕਰਾਤ ਕਹਿੰਦਾ, ਮਾਤਾ ਕਹਿੰਦੀ ਪੁੱਤ ਚੱਲ ਕੋਈ ਨਾ, ਤੂੰ ਆਪਦਾ ਕੰਮ ਕਰ। ਕਹਿੰਦਾ ਨਹੀਂ ਨਹੀਂ ਬੇਬੇ, ਤੂੰ ਮੈਨੂੰ ਜਾਣਦੀ ਨਹੀਂ, ਮੈਂ ਐਡਾ ਤਕੜਾ ਮੰਨਿਆ ਪਰਮੰਨਿਆ ਜੋਤਸ਼ੀ ਹਾਂ ਕਿ ਮੈਥੋਂ ਤਾਂ ਲੋਕ ਟੋਕਨ ਲੈ ਕੇ ਆਉਂਦੇ, ਮੇਰੇ ਕੋਲ ਖੜ੍ਹਦੇ ਆ ਪਹਿਲਾਂ ਦੋ ਦੋ ਤਿੰਨ ਤਿੰਨ ਘੰਟੇ ਲਾਈਨ 'ਚ। ਬੇਬੇ ਕਹਿੰਦੀ ਕੋਈ ਨਾ ਪੁੱਤ, ਤੂੰ ਆਪਦਾ ਕੰਮ ਕਰ, ਵੀ ਮੇਰੇ ਲਵੇ ਟਾਈਮ ਹੁੰਦਾ ਨਹੀਂ। ਕਹਿੰਦਾ ਨਹੀਂ ਨਹੀਂ ਤੂੰ ਸਮਝਦੀ ਕਿਉਂ ਨਹੀਂ, ਮੇਰਾ ਕਾਰਡ ਲੈ ਲੈ, ਤੈਨੂੰ ਖੜ੍ਹਨ ਦੀ ਲੋੜ ਨਹੀਂ, ਤੂੰ ਸਿੱਧੀ ਆਈ, ਆ ਕੇ ਮੈਂ ਤੇਰਾ ਭਵਿੱਖ ਦੱਸਣਾ, ਮੇਰੇ ਕੋਲ ਆਈ, ਮੈਂ ਤੇਰਾ ਹੱਥ ਦੇ ਕੇ ਭਵਿੱਖ ਦੱਸੂ। ਜਦੋਂ ਬਹੁਤੀ ਅੜੀ ਕਰੀ ਗਿਆ, ਬੇਬੇ ਨੇ ਫਿਰ ਕਹਿਤਾ, ਕਹਿੰਦੀ ਪੁੱਤ ਮੇਰਾ ਭਵਿੱਖ ਕੀ ਸਵਾਹ ਦੱਸੇਗਾ, ਸਾਹਮਣੇ ਖੂਹ ਤੈਨੂੰ ਦਿੰਦਾ ਨਹੀਂ, ਖੂਹ 'ਚੋਂ ਤਾਂ ਮੈਂ ਕਢਾਇਆ। ਸਮਝ ਆ ਗਈ? ਉਸ ਮਾਤਾ ਨੇ ਐਸੀ ਬੋਲੀ ਮਾਰੀ, ਉਸ ਬੋਲੀ, ਬੇਬੇ ਦੀ ਬੋਲੀ ਨੇ ਉਸ ਮੰਨੇ ਪ੍ਰਮੰਨੇ ਜੋਤਸ਼ੀ ਦਾ ਜੀਵਨ ਬਦਲ ਦਿੱਤਾ। ਸਾਰੇ ਜੋਤਿਸ਼ ਵਿੱਦਿਆ ਦੇ ਗ੍ਰੰਥ ਸਾੜ ਕੇ ਸਵਾਹ 'ਚ ਕਰਤੇ, ਸੁੱਟਤੇ, ਕੀ ਬਣਿਆ? ਉਹੀ ਸੁਕਰਾਤ ਮਹਾਨ ਫਿਲੋਸਫਰ ਬਣਿਆ। ਇਹ ਪੁਰਾਣੀ ਗੱਲ ਹੈ, ਗੁਰਬਾਣੀ ਵਿੱਚ ਜੋ ਲਿਖਿਆ ਉਹ ਵੀ ਸੁਣਾ ਦਿੱਤਾ। ਲੇਟੈਸਟ ਦੱਸ ਦਿੰਦਾ ਮੈਂ ਤੁਹਾਡੇ ਸਭ ਦੇ, ਯਾਦ ਆਜੂ ਨਾਲੇ, ਕਿਰਪਾ ਕਰਕੇ ਦੱਸਿਓ। ਹੁਣ ਨੋਟ ਬੰਦ ਹੋ ਗਏ ਆ, ਪੁਰਾਣੇ 500 ਵਾਲੇ ਬੰਦ ਨੇ ਨਾ, ਪਿਛਲੇ ਤਾਂ ਨਹੀਂ ਸਾਂਭੀ ਬੈਠੇ ਹੁਣ, ਬੰਦ ਨੇ। ਅੱਛਾ ਦੱਸਿਓ ਜੀ ਕਿਰਪਾ ਕਰਕੇ, ਕਿਸੇ ਜੋਤਸ਼ੀ ਨੇ ਦੱਸਿਆ ਸੀ ਵੀ ਭਾਈ ਆ ਪਹਿਲਾਂ ਨੋਟ ਸਾਂਭ ਲਓ ਆਪਣੇ, ਇਹ ਤਾਂ ਬੰਦ ਹੋਣੇ ਆ ਪੁਰਾਣੇ ਨੋਟ, ਦੱਸਿਆ ਜੋਤਸ਼ੀ ਨੇ? ਨਹੀਂ ਦੱਸਿਆ। ਦੱਸਣਾ ਕੀ, ਜੋਤਸ਼ੀ ਆਪ ਫਸ ਗਏ ਸਾਡੇ ਇਲਾਕੇ ਦਾ, ਉੱਥੇ ਸੁਨਾਮ ਦੇ ਵਿੱਚ ਰਹਿੰਦਾ, ਬੜਾ ਤਕੜਾ ਮੰਨਿਆ ਪ੍ਰਮੰਨਿਆ ਜੋਤਸ਼ੀ। ਲੋਕ ਐਡੇ ਬੇਵਕੂਫ ਨੇ ਜੀ, ਸਵੇਰੇ 4 ਵਜੇ ਉਹਦੇ ਘਰ ਅੱਗੇ ਆ ਕੇ ਖੜ੍ਹਦੇ, ਉਹ 9 ਵਜੇ ਟੌਰ ਨਾਲ ਖੋਲ੍ਹਦਾ ਦਰਵਾਜ਼ਾ ਵੀ ਪਹਿਲਾ ਨੰਬਰ ਸਾਡਾ ਲੱਗ ਗਿਆ, ਭਵਿੱਖ ਪਹਿਲਾਂ ਪੁੱਛ ਲਈਏ। ਭਵਿੱਖ ਲੋਕਾਂ ਦਾ ਦੱਸਦਾ ਸੀ ਅਤੇ ਪਿੱਛੇ ਜੇ ਛਾਪਾ ਪੈ ਗਿਆ, 25 ਕਰੋੜ ਰੁਪਈਆ ਘਰੋਂ ਕੱਢਿਆ ਫਾਰਸ 'ਚੋਂ। ਟਿੱਚ ਟਿੱਚ ਨਾ ਕਰੋ, ਸਭ ਤੁਹਾਡੇ ਦਿੱਤੇ ਹੋਏ ਪੈਸੇ ਆ। ਇਸ ਕਰਕੇ ਨੋਟ ਕਰ, ਉਹ ਤਾਂ ਇੱਕ ਦੀ ਗੱਲ ਮੈਂ ਤੁਹਾਨੂੰ ਦੱਸੀ, ਤੁਹਾਡੇ ਏਰੀਏ 'ਚ ਵੀ ਹੋਣਗੇ ਜੋਤਸ਼ੀ ਇਹੋ ਜਿਹਾ ਕੁਛ ਹੀ ਚੱਲਦਾ। ਜੋਤਿਸ਼ ਇਹ ਸਭ ਚੀਜ਼ਾਂ, ਜੇ ਅਸੀਂ ਕੜਾ ਪਾਇਆ ਅਸੀਂ ਨਹੀਂ ਮੰਨਦੇ। ਹੁਣ ਮੇਰੇ ਕੋਲ ਸਮਾਂ ਨਹੀਂ, ਭਾਈ ਸਾਹਿਬ ਵੀ ਪਹੁੰਚ ਗਏ, ਅੱਧਾ ਘੰਟਾ ਉਹਦੇ 'ਤੇ ਲੱਗਦਾ ਕੋਰਸ ਹੈ, ਅੱਧਾ ਘੰਟੇ ਦਾ ਕੋਰਸ ਵੀ ਕਰਾਈਦਾ ਇੱਥੇ। ਅੱਧੇ ਘੰਟੇ ਦੇ ਕੋਰਸ ਤੋਂ ਬਾਅਦ ਫਿਰ ਤੁਹਾਨੂੰ ਇੱਥੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਬੰਧਕਾਂ ਨੂੰ ਧਾਗੇ, ਤਵੀਤ, ਮੌਲੀਆਂ ਇੱਥੇ ਆਉਣਗੀਆਂ, ਇੱਥੋਂ ਅੱਧਾ ਘੰਟਾ ਉਹਨੂੰ ਲੱਗ ਜਾਣਾ, ਫਿਰ ਤੋੜ ਕੇ ਸਿੱਟ ਜਾਂਦੇ, ਉਹ ਹੁਣ ਨਹੀਂ ਸਮਾਂ ਆਪਣੇ ਕੋਲ। ਚਲੋ ਮੈਂ ਗੱਲ ਨੇੜੇ ਰੱਖਾਂ, ਅੱਜ ਆਪਾਂ ਟੋਪਿਕ ਥੋੜ੍ਹਾ ਜਿਹਾ ਸੰਖੇਪ 'ਚ ਰੱਖਿਆ। ਇਹ ਸਭ ਚੀਜ਼ਾਂ ਅਸੀਂ ਕੋਈ ਭਰੋਸਾ ਨਹੀਂ ਰੱਖਦੇ, ਜੇ ਕੜਾ ਪਾਇਆ ਫਿਰ ਮੁਬਾਰਕ ਹੈ ਜੀ। ਕੜੇ ਨਾਲ ਵਿਪਰਵਾਦੀ ਚੀਜ਼ਾਂ ਵੀ ਬੰਨੀ ਜਾਂਦੇ। ਦੇਖੋ ਮਾੜਾ ਜਿਹਾ ਇੰਨਾ ਤਾਂ ਮੈਂ ਵੇਖ ਲਾ, ਮੰਜੀ ਸਾਹਿਬ ਠੀਕ ਹੈ ਜੀ, ਦੇਖਿਓ ਪਾਵੇ, ਇਹ ਤਾਂ ਚੰਗੇ ਨੇ ਭਾਈ ਸਾਹਿਬ ਤਾਂ ਇੱਥੇ, ਪਾਵੇ ਚੈੱਕ ਕਰੋ ਦੋਏ, ਠੀਕ ਨੇ? ਸ਼ੁਕਰ ਹੈ, ਸ਼ੁਕਰ ਹੈ। ਇਹ ਵੀ ਹੋ ਜਾਂਦਾ ਕਈ ਵਾਰੀ, ਮੈਂ ਇੱਕ ਥਾਂ 'ਤੇ ਨਾ ਜੀ ਧਾਗੇ ਤਵੀ ਤੜਾਈ ਜਾਵਾਂ, ਉਹ ਅੱਧੇ ਘੰਟੇ ਦਾ, ਉਹ ਨਹੀਂ ਹੁਣ ਸਮਾਂ ਨਹੀਂ ਆਪਣੇ ਕੋਲ, ਧਾਗੇ ਤਵੀ ਤੜਾਈ ਜਾਵਾਂ। ਅਤੇ ਇੱਕ ਵੀਰ ਨੇ ਆਪਣੇ ਧਾਗੇ ਦਾ ਤੋੜ ਅਤੇ ਮੈਨੂੰ ਖੜਾ ਹੋ ਗਿਆ, ਮੈਨੂੰ ਕਹਿੰਦਾ ਭਾਈ ਸਾਹਿਬ ਸਾਡੇ ਤਾਂ ਧਾਗੇ ਤੜਾ ਦੇ, ਮਹਾਰਾਜ ਵਾਲੇ ਤਾਂ ਤੜਾ ਦਿਉ। ਮੈਂ ਕਿਹਾ ਮਹਾਰਾਜ ਵਾਲੇ ਕਿਹੜੇ ਧਾਗੇ? ਉਹ ਜਦੋਂ ਵੇਖਿਆ ਜੀ ਮੰਜੀ ਸਾਹਿਬ ਦੇ ਧਾਗੇ ਪਾਵੇ ਦੋਨੋਂ ਹੀ ਫੁੱਲ ਧਾਗਿਆਂ ਨਾਲ। ਮੈਂ ਕਿਹਾ ਆਹ ਕੀ ਹੈ?
ਉਹ ਭਾਈ ਜੀ, ਕਈ ਤਾਂ ਭਾਈ ਜੀ ਚੜ੍ਹਦੀ ਕਲਾ ਵਾਲੇ ਹੁੰਦੇ ਆ ਗੁਰਮਤਿ ਦੀ ਗੱਲ ਨੂੰ ਸਮਝਣ ਵਾਲੇ, ਕਈ ਤੁਹਾਨੂੰ ਪਤਾ ਉਈ ਹੁੰਦੇ ਆ ਉਣ ਮੁਣ ਕਰਕੇ ਭੋਗ ਪਾਉਣ ਵਾਲੇ, ਤੇ ਉਹ ਉਦਾਂ ਦੇ ਹੀ ਸੀਗਾ। ਤੇ ਉਹ ਕਹਿੰਦਾ ਜੀ ਇਹ ਤਾਂ ਬਹੁਤ, ਇਹ ਬੀਬੀਆਂ ਬੰਨ ਕੇ ਜਾਂਦੀਆਂ ਖੰਡ ਪਾਠ ਸਾਹਿਬ ਤੋਂ ਪਹਿਲਾਂ। ਮੈਂ ਕਿਹਾ ਫਿਰ? ਕਹਿੰਦਾ ਜਦੋਂ ਸੰਪੂਰਨ ਹੋ ਜਾਏ ਫਿਰ ਲੈ ਜਾਂਦੀਆਂ ਨੇ ਖੋਲ੍ਹ ਕੇ ਧਾਗੇ। ਮੈਂ ਇਹਦੇ ਨਾਲ ਕੀ ਹੁੰਦਾ? ਕਹਿੰਦਾ ਜੀ ਇਹਦੇ ਨਾਲ ਬਾਣੀ ਸਾਰੀ ਧਾਗੇ 'ਚ ਫੀਡ ਹੋ ਜਾਂਦੀ ਹੈ। ਮਾਤਾ ਵਧੀਆ ਮੈਮਰੀ ਕਾਰਡ ਹੈ ਬਈ, ਨਾ ਮੋਬਾਈਲ 'ਚ ਪਾਉਣ ਦੀ ਲੋੜ, ਨਾ ਚਾਰਜ ਲਾਉਣ ਦੀ ਲੋੜ, ਗੱਲ ਬਣ ਗਈ, ਧਾਗਾ ਬਾਣੀ ਸੁਣ ਲਉ, ਵਡੋਲੇ ਨਾਲ ਬੰਨ ਲਉ, ਮੌਜ ਹੀ ਹੈ ਨਾ। ਇਸ ਕਰਕੇ ਇਹ ਸਭ ਚੀਜ਼ਾਂ ਕੁਛ ਨਹੀਂ ਹੁੰਦੀਆਂ, ਬਕਵਾਸ ਹੈ। ਕਿਸੇ ਲਵੜ ਕੱਟੇ ਜੇ ਸਾਧ ਨੇ ਤੁਹਾਨੂੰ ਖੰਡ ਪਾਠ ਵਾਲਾ ਧਾਗਾ ਵੀ ਦਿੱਤਾ ਹੋਵੇ, ਉਹ ਵੀ ਤੋੜ ਕੇ ਸਿੱਟ ਜਾਓ, ਇੱਥੇ ਕੱਖ ਨਹੀਂ। ਗੁਰਬਾਣੀ ਦੀ ਇੱਕ ਗੱਲ ਸੁਰਤ 'ਚ ਅਸੀਂ ਵਸਾਉਣੀ ਨਹੀਂ, ਇਹ ਪਤਾ ਨਹੀਂ ਕਿਹੜੀਆਂ ਚੀਜ਼ਾਂ 'ਚ। ਸੱਚਮੁੱਚ ਮੈਂ ਕਈ ਵਾਰੀ ਇਹ ਸੋਚਦਾ ਕਿ ਜਿੰਨੇ ਅਸੀਂ ਪ੍ਰਚਾਰਕ ਜਿਹੜੇ, ਸਾਡਾ ਜ਼ੋਰ ਮਤਲਬ ਇਹਨਾਂ ਗੱਲਾਂ 'ਤੇ ਲੱਗ ਜੂ, ਧਾਗੇ ਤੜਾਉਂਦੇ ਹੀ ਮਰ ਜਾਂਗੇ। ਕੋਈ ਅਗਲੀ ਗੁਰਮਤ ਦੀ ਗਹਿਰੀ ਗੱਲ ਤਾਂ ਸਮਝ ਕੀ ਸਮਝਾਵੇ ਬੰਦਾ, ਅਸੀਂ ਮੁੱਢਲੀਆਂ ਚਿੱਕੜ 'ਚ ਹੀ ਫਸੇ ਪਏ ਹਾਂ। ਚਲੋ ਗੱਲ ਨੇੜੇ ਰੱਖੀ ਆਪਾਂ, ਕੜਾ ਪਾਇਆ ਅਸੀਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ, ਮੁਬਾਰਕ ਫਿਰ। ਅਤੇ ਕਿਰਪਾਨ, ਨਾ ਡਰਦੇ ਹਾਂ ਨਾ ਡਰਾਉਂਦੇ ਹਾਂ। ਹੁਣ ਸੋਚੋ ਕਿਰਪਾਨ ਪਾ ਕੇ ਬੰਦਾ ਗੱਡੀ 'ਚ ਬੈਠਾ ਜਾ ਰਿਹਾ, ਸਾਹਮਣਿਓਂ ਕੀ ਹੋਇਆ, ਇੱਕ ਪਾਸਿਓਂ ਬਿੱਲੀ ਦੂਜੇ ਪਾਸੇ ਲੰਘ ਗਈ, ਕਿਰਪਾਨ ਪਾਈ ਹੋਈ ਆ, ਬ੍ਰੇਕ ਮਾਰਦਾ, ਉਹ ਬ੍ਰੇਕ ਮਾਰ ਬਈ, ਕਮਾਲ ਕੀ ਹੋ ਗਿਆ। ਕਹਿੰਦਾ ਤੈਨੂੰ ਪਤਾ ਹੀ ਲੱਗਿਆ ਬਿੱਲੀ ਲੰਘ ਗਈ, ਇਹ ਤਾਂ ਇੱਥੋਂ ਦੀ ਬਿੱਲੀ ਤੁਰ ਕੇ ਗਈ ਹੈ, ਹੋਰ ਪਹਿਲੀ ਵਾਰੀ ਤੁਰਦੀ ਵੇਖੀ, ਅੱਗੇ ਤਾਂ ਉੱਡਦੀ ਹੁੰਦੀ ਹੈ। ਐਂ ਹੈਰਾਨ ਹੋਣਗੇ ਜਿਵੇਂ ਅੱਗੇ ਤਾਂ ਉੱਡਦੀ ਹੈ ਬਿੱਲੀ, ਵੀ ਅੱਜ ਪਹਿਲੀ ਵਾਰੀ ਤੁਰਦੀ ਦੇਖੀ ਹੈ, ਉਹ ਰੋਜ਼ ਹੀ ਤੁਰਦੀ ਹੈ ਤਾਂ। ਸ਼ੇਰਾਂ ਦੀ ਕੌਮ ਖਵਾਉਂਦੀਆਂ ਤਾਂ ਬਿੱਲੀਆਂ ਤੋਂ ਡਰੀਆਂ ਨੇ, ਬਿੱਲੀ ਛਿੱਕ ਮਾਰੇ ਤੋਂ ਲੋਕ ਜੁੱਤੀ ਕੱਢ ਕੇ ਤੁਰਦੇ ਆ, ਫਿਰ ਪਾਉਂਦੇ ਜੁੱਤੀ ਦੁਬਾਰਾ। ਕਿਰਪਾਨ ਪਈ ਤਾਂ ਫਿਰ ਕੀ ਅਰਥ ਹੋਇਆ? ਕਸ਼ਹਿਰਾ ਪਾਇਆ, ਇਹ ਕਸ਼ਹਿਰਾ ਗੁਰੂ ਦੀ ਬਖਸ਼ਿਸ਼ ਹੈ, ਜਦ ਸਦ ਦਾ ਪ੍ਰਤੀਕ ਹੈ, ਜੰਗੀ ਵਰਦੀ ਵੀ ਹੈ, ਨੋਟ ਕਰ ਲਓ ਕਿਰਪਾ ਕਰਕੇ। ਹਾਂਜੀ, ਕਸ਼ਹਿਰੇ ਵਾਲਿਆਂ ਨੂੰ ਆਵਾਜ਼ਾਂ ਪਈਆਂ, ਹੁਣ ਡਿਟੇਲ 'ਚ ਨਹੀਂ ਜਾ ਰਿਹਾ, ਕਸ਼ਹਿਰੇ ਵਾਲਿਆਂ ਨੂੰ ਆਵਾਜ਼ਾਂ ਪਈਆਂ, ਜਦੋਂ ਹਿੰਦੂਆਂ ਦੀਆਂ ਨੌਜਵਾਨ ਬਹੂ ਬੇਟੀਆਂ ਨੂੰ ਜ਼ਾਲਮ ਚੁੱਕ ਕੇ ਲਿਜਾਂਦਾ ਸੀ, ਤਾਂ ਉਹ ਨੌਜਵਾਨ ਮੁਟਿਆਰਾਂ ਆਪਣੇ ਬਾਪੂ ਨੂੰ ਆਵਾਜ਼ ਨਹੀਂ ਸੀ ਮਾਰਦੀਆਂ, ਬਾਪੂ ਬਚਾ ਲੈ, ਆਪਣੇ ਮਾਂ ਜਾਏ ਭਰਾ ਨੂੰ ਵੀ ਨਹੀਂ ਸੀ ਸੱਦਦੀਆਂ, ਉੱਥੇ ਆਵਾਜ਼ਾਂ ਕਿਹਨੂੰ ਪਈਆਂ ਜੀ? ਗਈ ਗਈ ਨਹੀਂ ਬੀਬੀ ਬਸਰੇ ਨੂੰ, ਗਈ ਮੋੜੀ ਬਾਬਾ, ਡਾਂਗ ਵਾਲਿਆ ਸਰਦਾਰਾ ਵੇ ਮੋੜੀ ਬਾਬਾ, ਕੱਛ ਵਾਲਿਆ, ਡਾਂਗਾਂ ਵਾਲਿਆਂ ਨੂੰ, ਇਕੱਲਿਆਂ ਨੂੰ ਨਹੀਂ, ਡਾਂਗਾਂ ਵਾਲੇ ਹੋਰ ਵੀ ਬਥੇਰੇ ਫਿਰਦੇ ਹੋ ਸਕਦੇ, ਪਰ ਉਹਨਾਂ ਦੀ ਆਪਣੀ ਨੀਅਤ ਕਿਸੇ ਮੌਕੇ ਵੀ ਬਦਨੀਤ ਹੋ ਸਕਦੀ ਹੈ, ਵੀ ਵੀਰਾ ਤੇਰੇ ਪਾਏ ਹੋਏ ਕਸ਼ਹਿਰੇ 'ਤੇ ਇੰਨਾ ਕੁ ਭਰੋਸਾ ਹੈ, ਤੇਰੀ ਹਾਜ਼ਰੀ 'ਚ ਮੈਨੂੰ ਕੋਈ ਖਤਰਾ ਨਹੀਂ। ਇਹ ਕਸ਼ਹਿਰਾ ਸਤਿਗੁਰੂ ਦੀ ਬਖਸ਼ਿਸ਼ ਹੈ ਬਹੁਤ ਵੱਡੀ। ਪੰਜ ਕੱਕਿਆਂ ਦੀ ਸਿੱਖਿਆ ਸੁਰਤ ਵਿੱਚ ਵਸਾ ਲਈ, ਮੁਬਾਰਕ ਹੈ, ਨਹੀਂ ਤਾਂ ਫਿਰ ਸਿਰਫ ਲਿਬਾਸ ਹੈ ਪਿਆਰੇ, ਉਹ ਲਿਬਾਸ ਦੇ ਨਾਲ ਆਪਣੇ ਆਪ ਨੂੰ ਸਕੂਨ ਨਹੀਂ ਆਉਂਦਾ। ਵੇਖਣ ਨੂੰ ਤਾਂ ਹੁਣ ਆਪਾਂ ਸਾਰੇ ਸਿੱਖ ਹਾਂ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਆਪਾਂ ਸਾਰੇ ਸਿੱਖ ਹਾਂ, ਚੱਲ ਵਧੀਆ ਠੀਕ ਹੈ ਚੱਲਦਾ, ਪਰ ਜਿੰਨਾ ਸਮਾਂ ਅਸੀਂ ਪੰਜ ਕੱਕਿਆਂ ਦੀ ਸਿੱਖਿਆ ਨੂੰ ਆਪਣੀ ਸੁਰਤ ਵਿੱਚ ਨਹੀਂ ਵਸਾਉਂਦੇ, ਸਕੂਨ ਨਹੀਂ ਆਉਣਾ। ਇਹ ਗੁਰੂ ਦੀ ਬਖਸ਼ਿਸ਼ ਹੈ, ਨਾਲ ਇਹ ਵੀ ਹਿੰਟ ਦੇ ਦੇ, ਅੱਧੇ ਮਿੰਟ 'ਚ, ਗੁਰੂ ਦੀ ਬਖਸ਼ਿਸ਼ ਹੈ, ਅਸੀਂ ਸਭ ਕੁਝ ਗੁਰੂ ਤੋਂ ਲਿਆ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋ, ਤਾਂ ਕਹਿਣ ਲੱਗਿਆ ਜੀ। ਇੱਕ ਥਾਂ 'ਤੇ ਮੈਨੂੰ ਸੱਜਣ ਮਿਲਿਆ ਸੀ, ਉਹ ਤੁਹਾਨੂੰ ਵਰਤੀ ਦੱਸ ਦਿੰਦਾ, ਉਹ ਕਹਿੰਦਾ ਭਾਈ ਸਾਹਿਬ ਤੁਸੀਂ ਕਥਾ ਕਰਦੇ ਹੋ ਅਤੇ ਮੈਨੂੰ ਦੱਸੋ ਇਹ ਕਸ਼ਹਿਰਾ ਕਿੱਥੋਂ ਮਿਲਿਆ ਸਿੱਖਾਂ ਨੂੰ? ਮੈਂ ਕਿਹਾ ਜੀ ਗੁਰੂ ਨੇ ਬਖਸ਼ਾਂ ਕੀਤੀਆਂ ਸਭ। ਕਹਿੰਦਾ ਨਹੀਂ, ਖੋਜ ਤੁਹਾਡੀ ਹੈ ਨਹੀਂ ਇੰਨੀ। ਚਲੋ ਮੈਂ ਤਾਂ ਮੰਨਦਾ ਵੀ ਨਹੀਂ ਕਿ ਮੈਨੂੰ ਬਹੁਤਾ ਪਤਾ, ਕੋਈ ਨਹੀਂ ਪਤਾ, ਤੂੰ ਗੱਲ ਸਮਝਾ ਦੇ ਹੋਰ ਕੋਈ ਗਹਿਰੀ ਗੱਲ। ਉਹਨੇ ਪੂਰੀ ਖੋਜ ਪੜਤਾਲ ਕਰਕੇ ਮੈਨੂੰ ਦੱਸਦਾ, ਕਹਿੰਦਾ ਇਹ ਸਿੱਖਾਂ ਨੂੰ ਕਸ਼ਹਿਰਾ ਹਨੂੰਮਾਨ ਤੋਂ ਮਿਲਿਆ। ਇਹੋ ਜਿਹੀ ਵੀ ਹੈਗੀ ਹੈ ਸਾਡੇ ਪੰਥ ਦਾ ਹਿੱਸਾ ਨੇ ਵੀ ਲੋਕ, ਕਸ਼ਹਿਰਾ ਮਿਲਿਆ ਹਨੂੰਮਾਨ ਤੋਂ ਸਿੱਖਾਂ ਨੂੰ। ਅੱਛਾ ਜੀ, ਉਹ ਮੈਂ ਕਿਹਾ 1699 ਨੂੰ ਮਹਾਰਾਜ ਨੇ ਪੱਕੇ ਤੌਰ 'ਤੇ ਬਖਸ਼ਿਆ, ਕਦੋਂ ਦੀ ਗੱਲ ਹੋ ਗਈ ਹਨੂੰਮਾਨ ਵਾਲੀ? ਹੈ ਤੂੰ ਕਿਹੜੀ ਗੱਲ ਕਿੱਧਰ ਲਾਈ ਜਾਂਦੇ ਵੀ ਤੂੰ ਸੈੱਟ ਹੈ ਦਿਮਾਗੀ ਤੌਰ 'ਤੇ? ਉਹ ਕਹਿੰਦਾ ਭਾਈ ਸਾਹਿਬ ਨਹੀਂ ਨਹੀਂ, ਮੈਨੂੰ ਕਹਿੰਦਾ ਤੁਸੀਂ ਸਾਬਤ ਕਰੋ ਸਿੱਖਾਂ ਨੂੰ ਕਸ਼ਹਿਰਾ ਹਨੂੰਮਾਨ ਤੋਂ ਨਹੀਂ ਮਿਲਿਆ। ਸਵਾਲ ਪੁੱਠਾ ਕਿ ਸਿੱਧਾ, ਇਹ ਦੱਸੋ ਸਵਾਲ ਹੀ ਪੁੱਠਾ, ਸਾਬਤ ਕੀ ਕਰਨ ਦੀ ਲੋੜ ਹੈ ਕੋਈ ਇਹਨੂੰ? ਕਹਿੰਦਾ ਨਹੀਂ ਨਹੀਂ, ਸਿੱਧ ਕਰੋ ਕਿ ਸਿੱਖਾਂ ਨੂੰ ਕਸ਼ਹਿਰਾ ਹਨੂੰਮਾਨ ਤੋਂ ਨਹੀਂ ਮਿਲਿਆ। ਮੈਂ ਕਿਹਾ ਵੀ ਤੂੰ ਇਸ ਗੱਲ ਨੂੰ ਸਾਬਤ ਕਰ ਕਿ ਸਿੱਖਾਂ ਨੂੰ ਕਸ਼ਹਿਰਾ ਹਨੂੰਮਾਨ ਤੋਂ ਮਿਲਿਆ। ਕਹਿੰਦਾ ਨਹੀਂ ਨਹੀਂ, ਸਾਡੇ ਫਲਾਣੇ ਮਹਾਰਾਜ ਨੇ ਲਿਖਿਆ ਆਪਣੀ ਕਿਤਾਬ 'ਚ। ਕਮਾਲ ਹੋ ਗਿਆ, ਲਿਖਤਾ ਬੰਦੇ ਤੋਂ ਭੁੱਲਾਂ ਵੀ ਰਹਿ ਸਕਦੀਆਂ ਨੇ, ਆਖਰ ਨੂੰ ਬੰਦਾ ਹੀ ਹੈ। ਕਹਿੰਦਾ ਨਹੀਂ ਨਹੀਂ, ਐਂ ਕਿਵੇਂ ਕਹਿ ਦੇਗਾ ਤੂੰ, ਸਾਡੇ ਮਹਾਂਪੁਰਖ ਨੇ ਪਹੁੰਚੇ ਹੋਏ। ਬੜਾ ਇੱਦਾਂ ਦਾ ਬੰਦਾ, ਸਾਡੇ ਮਹਾਂਪੁਰਖ ਨੇ ਲਿਖ ਦਿੱਤਾ ਕਸ਼ਹਿਰਾ ਹਨੂੰਮਾਨ ਤੋਂ ਮਿਲਿਆ ਅਤੇ ਚੱਲੀ ਗਿਆ ਕੰਮ, ਇੱਦਾਂ ਹੀ ਸੁਣਾਉਂਦੇ ਰਹੇ। ਮੈਂ ਕਿਹਾ ਵੀ ਸੱਜਣਾ ਇਹ ਗਲਤ ਹੈ ਤੇਰੀ ਗੱਲ।
ਬੜਾ ਖੇੜੇ ਪਿਆ, ਕਹਿੰਦਾ ਸਾਬਤ ਕਰੋ ਕਿ ਹਨੂੰਮਾਨ ਤੋਂ ਨਹੀਂ ਮਿਲਿਆ, ਨਹੀਂ ਤਾਂ ਮੰਨੋ। ਬੰਦਾ ਇਹੋ ਜਿਹਾ ਮਿਲ ਗਿਆ ਤਾਂ ਫਿਰ ਜਵਾਬ ਉਹੋ ਜਿਹਾ ਦੇਣਾ ਪੈਂਦਾ, ਕਈ ਵਾਰੀ ਮਾਫ਼ ਕਰਿਓ। ਮੈਂ ਕਿਹਾ ਸੱਜਣਾ ਮੈਂ ਸਾਬਤ ਕਰਦਾ ਕਿ ਸਿੱਖਾਂ ਕੋਲ ਜਿਹੜਾ ਕਛਹਿਰਾ ਹਨੂੰਮਾਨ ਵਾਲਾ ਨਹੀਂ, ਇਹ ਗੁਰੂ ਨੇ ਬਖਸ਼ਿਆ। ਕਹਿੰਦਾ ਕਿਵੇਂ? ਮੈਂ ਕਿਹਾ ਜੇ ਸਿੱਖਾਂ ਦਾ ਕਛਹਿਰਾ ਹਨੂੰਮਾਨ ਵਾਲਾ ਹੁੰਦਾ, ਸਿੱਖ ਦੇ ਕਛਹਿਰੇ 'ਚ ਲਾਜ਼ਮੀ ਇੱਕ ਗਲੀ ਹੋਣੀ ਸੀ, ਕਿਉਂਕਿ ਹਨੂੰਮਾਨ ਪੂੰਛ ਵੀ ਕੱਢਦਾ ਹੋਊਗਾ ਗਲੀ ਵਿੱਚ। ਇਸ ਕਰਕੇ ਸਿੱਖ ਦੇ ਕਛਹਿਰੇ ਵਿੱਚ ਕੋਈ ਗਲੀ ਨਹੀਂ, ਸਿੱਖ ਦਾ ਕਛਹਿਰਾ ਗੁਰੂ ਨੇ ਬਖਸ਼ਿਆ, ਹਨੂੰਮਾਨ ਨੇ ਨਹੀਂ ਦਿੱਤਾ। ਫਿਰ ਵੀ ਕਿਸੇ ਨੂੰ ਹਨੂੰਮਾਨ ਵਾਲਾ ਕਛਹਿਰਾ ਚੰਗਾ ਲੱਗਦਾ ਹੋਵੇ ਪਾ ਸਕਦਾ, ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਪਰ ਅਸੀਂ ਗੁਰੂ ਵੱਲੋਂ ਦਿੱਤਾ ਪਾਇਆ ਹੋਇਆ। ਸਪਸ਼ਟ ਹੈ ਨਾ ਗੱਲ ਜੀ? ਫਿਰ ਗੱਲ ਉਸ ਲਹਿਜੇ 'ਚ ਹੀ ਕਰਨੀ ਪੈਂਦੀ। ਇਹ ਪੰਜ ਕੱਕੇ ਸਤਿਗੁਰੂ ਨੇ ਸਾਨੂੰ ਬਖਸ਼ੇ ਹੋਏ, ਮੈਂ ਡਿਟੇਲ 'ਚ ਪੰਜ ਕੱਕਿਆਂ ਦੀ ਸਿੱਖਿਆ ਸੁਰਤ 'ਚ ਵਸਾਈ ਹੈ। ਚਾਰ ਵੱਜਰ ਕੁਰੇਤਾਂ ਨੇ, ਡਿਟੇਲ ਨਹੀਂ ਹੁਣ ਜਾਂਦਾ, ਚਾਰ ਵੱਜਰ ਕੁਰੇਤਾਂ, ਕਿਰਦਾਰ ਤੋਂ ਡਿੱਗਣਾ, ਕਰੈਕਟਰ ਤੋਂ ਡਿੱਗਣਾ, ਦੋਨੋਂ ਪਾਸੇ ਗੱਲ ਹੈ। ਬਹੁਤ ਵੱਡੀ ਬਖਸ਼ਿਸ਼ ਕੀਤੀ ਗੁਰੂ ਨੇ, ਗ੍ਰਹਿਸਥ ਪ੍ਰਧਾਨਤਾ ਦਿੱਤੀ ਹੈ ਗ੍ਰਹਿਸਥ ਨੂੰ, ਇੱਕ ਮਰਿਆਦਾ, ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀ ਹੈ ਸੋਏ, ਨਹੀਂ ਤਾਂ ਭੂਸਰਿਆ ਹੋਇਆ ਪਸ਼ੂ ਦੱਸਿਆ ਜੇ ਕਿਰਦਾਰ ਨਹੀਂ। ਕਿਆ ਗੱਲ ਆਇਓ ਭੂਸ ਪਰ ਵੇਲ ਨਾ ਜੋਹੇ ਕੰਧ ਤੋਂ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹੱਬ ਸੰਸਾਰ ਜੀ। ਗੁਰੂ ਜੀ ਕਹਿੰਦੇ ਨੇ ਵੀ ਤੇਰੇ ਹਿੱਸੇ ਦਾ ਫੁੱਲ ਤੈਨੂੰ ਮਿਲ ਗਿਆ ਜੀਵਨ ਸਾਥੀ ਦੇ ਰੂਪ 'ਚ, ਹੁਣ ਤੂੰ ਆਪਣੀ ਨਿਗਾਹ ਪਵਿੱਤਰ ਰੱਖ। ਜੇ ਫਿਰ ਕਿਰਦਾਰ ਤੋਂ ਡਿੱਗਣ ਦੀਆਂ ਗੱਲਾਂ ਕਰਦਿਆਂ, ਤੂੰ ਭੂਸਰਿਆ ਹੋਇਆ ਪਸ਼ੂ ਹੈ, ਤੂੰ ਕੀ ਬਣਿਆ ਫਿਰਦਾ ਆਪਣੇ ਆਪ ਨੂੰ? ਕਿਆ ਗੱਲ ਆਇਓ ਭੂਸ, ਭੂਸ ਕਹਿੰਦੇ ਨੇ ਭੂਸਰੇ ਹੋਏ ਪਸ਼ੂ ਨੂੰ, ਜਿਹੜੇ ਕਛਹਿਰੇ ਪਾ ਕੇ ਇਹੋ ਜਿਹਾ ਕੰਮ ਕਰਨ, ਕਿਰਦਾਰ ਤੋਂ ਡਿੱਗਣ, ਉਹ ਵੀ ਪਸ਼ੂਆਂ 'ਚ ਸ਼ਾਮਲ ਹੈ। ਕਿਤੇ ਉੱਦਾਂ ਸ਼੍ਰੀਮਾਨ 111 ਬਣੇ ਫਿਰਨ ਸਮਾਜ 'ਚ, ਧਿਆਨ ਰੱਖਿਓ, ਨੋਟ ਕਰਿਓ ਜੀ। ਗੁਰੂ ਸਮਤ ਬਖਸ਼ੇ ਕਿਰਦਾਰ ਤੋਂ ਡਿੱਗਣਾ, ਵੱਜਰ ਗ੍ਰਹਿ ਤਾਂ ਪਰ ਪੁਰਸ਼ ਪਰ ਇਸਤਰੀ ਡਿਟੇਲ ਤੁਸੀਂ ਜਾਣ, ਕੇਸ ਕਤਲ ਕਰਵਾਉਣੇ, ਵੇਖੋ ਕੇਸਾਂ ਦੀ ਕਿੱਡੀ ਵੱਡੀ ਮਾਨਤਾ, ਪੰਜ ਕੱਕਿਆਂ 'ਚ ਵੀ ਸ਼ਾਮਲ ਨੇ, ਕੇਸ ਕਤਲ ਕਰਵਾਉਣਾ ਵੀ, ਫਿਰ ਵੱਜਰ ਕੁੜਾਇਤ, ਤੰਬਾਕੂ ਸਮੇਤ ਨਸ਼ੇ ਵਰਤਣੇ, ਡਿਟੇਲ 'ਚ ਨਹੀਂ ਹੁਣ ਜਾ ਰਹੇ, ਕੁੱਠਾ ਵਰਤਣਾ, ਇਹ ਸਭ ਚੀਜ਼ਾਂ ਵੱਜਰ ਕੁੜਾਇਤਾਂ ਆ ਗਈਆਂ। ਚਾਰ ਬਚ ਕੇ ਰਹਿਣਾ, ਪੰਜ ਨਾਸ਼ ਕੀਤੇ ਗੁਰੂ ਨੇ, ਕੁੱਲ ਨਾਸ਼, ਕਰਮ ਨਾਸ਼, ਭਰਮ ਨਾਸ਼, ਸ਼ਰਮਨਾਸ਼, ਧਰਮ ਨਾਸ਼, ਪਿਛਲਾ ਸਭ ਨਾਸ਼, ਫਿਰ ਗੁਰੂ ਦੇ ਬਣ ਗਏ ਬਸ। ਪੰਜ ਕੱਕੇ ਬਖਸ਼ੇ, ਪੰਜ ਨਾਸ਼ ਕੀਤੇ, ਚਾਰ ਵੱਜਰ ਕੁੜਾਇਤਾਂ ਨੇ ਯਾਦ ਰੱਖਣਾ। ਅਤੇ ਅਸੀਂ ਸਾਰੇ ਭੈਣ ਭਰਾਵਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਇਕ ਪੁੱਤ ਧੀਆਂ ਬਣ ਕੇ ਵਿਚਰਨ ਲਈ ਯਤਨਸ਼ੀਲ ਹੋਣਾ। ਅੱਜ ਆਪਾਂ ਬਹੁਤ ਸੰਖੇਪ 'ਚ ਸ਼ੋਰਟ ਦੇ ਵਿੱਚ ਥੋੜ੍ਹਾ ਇਤਿਹਾਸਿਕ ਵਿਚਾਰਾਂ ਨੂੰ ਸਮਝਿਆ ਕਿ ਪੰਜ ਪਿਆਰੇ ਜਿਹੜੇ ਸ਼ਹਿਰਾਂ 'ਚੋਂ ਆਏ, ਕਿਵੇਂ ਕਸਾਈਆਂ 'ਚੋਂ ਦਇਆ ਉੱਠੀ ਹੈ, ਸਿਆਸਤ ਦੀ ਕਿੱਲੀ ਸਮਝੀ ਜਾਂਦੀ ਦਿੱਲੀ 'ਚੋਂ ਧਰਮ ਆਇਆ, ਸੁਸਤ ਅਵੇਸਲੇ ਢਿੱਲੜ ਲੋਕਾਂ 'ਚੋਂ ਹਿੰਮਤ ਕਿਵੇਂ ਆਈ ਹੈ, ਰਣ ਛੋੜ ਦੇ ਪੁਜਾਰੀਆਂ ਵਿੱਚੋਂ ਮੋਹਕਮ ਦ੍ਰਿੜਤਾ, ਦਾਸ ਸਮਝੇ ਜਾਂਦੇ ਵਿਦਰ ਨਿਵਾਸੀਆਂ 'ਚੋਂ ਸਾਹਿਬ ਉੱਠੇ ਹੈ। ਅਤੇ ਗੁਰੂ ਬਖਸ਼ਿਸ਼ ਕਰੇ ਅੱਜ ਉਹਨਾਂ ਮਹਾਨ ਗੁਰਸਿੱਖਾਂ ਦੀ ਯਾਦ ਵਿੱਚ ਜੁੜੇ ਹਾਂ। ਖਾਲਸਾ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਬਹੁਤ ਸ਼ੋਰਟ ਜਿਹੀਆਂ ਬੇਨਤੀਆਂ ਸਾਂਝੀਆਂ ਕੀਤੀਆਂ, ਕਾਫੀ ਮੈਂ ਡਿਟੇਲ 'ਚ ਕਹਿਣਾ ਚਾਹੁੰਦਾ ਸੀ ਪਰ ਉਹਨਾਂ ਵਕਤ ਵੀ ਨਹੀਂ, ਇਸ ਕਰਕੇ ਬੇਨਤੀ ਕਰਾਂਗਾ ਇੱਕ ਦੋ ਗੱਲਾਂ ਹੋਰ ਕਹਿ ਦਿੰਦਾ ਦੋ ਤਿੰਨ ਮਿੰਟਾਂ 'ਚ, ਜਿੰਨੇ ਭੈਣ ਭਰਾ ਬੈਠੇ ਜਵਾਬ ਦੇ ਦਿਓ ਸੌਖਿਆਂ, ਡਿਟੇਲ 'ਚ ਕਿਤੇ ਫਿਰ ਜਿਸ ਉਹ ਆਪਾਂ ਕਦੇ ਫਿਰ ਉਸ ਤਰ੍ਹਾਂ ਦੇ ਮਾਹੌਲ 'ਚ ਗੱਲ ਕਰਾਂਗੇ ਲੰਮੀ ਚੌੜੀ, ਤਾਂ ਤੁਸੀਂ ਜਵਾਬ ਦੇ ਦਿਓ। ਗੁਰੂ ਘਰ ਲੰਗਰ ਤਿਆਰ ਹੈ ਜੀ? ਲੰਗਰ ਤਿਆਰ, ਅੱਛਾ ਜਵਾਬ ਦਿਓ ਸਾਰੇ ਭੈਣ ਭਰਾ ਵੀ। ਰੋਟੀ ਇਕੱਲਾ ਮੈਂ ਖਾ ਲੈਣਾ, ਭਾਈ ਸਭਾ ਇੱਕ ਵਿਸ਼ਰੀ ਜਥਾ ਪਹਿਲਾਂ ਭਾਈ ਸਭਾ, ਰੋਟੀ ਇਕੱਲਾ ਮੈਂ ਖਾ ਲਵਾਂ ਤੁਹਾਨੂੰ ਸਭ ਨੂੰ ਰੱਜ ਆਜੂ, ਹੌਸਲਾ ਜਿਹਾ ਨਾ ਹਾਰੋ, ਜਵਾਬ ਦੇ ਦਿਓ ਕੋਈ ਗੱਲ ਨਹੀਂ। ਹਾਂਜੀ ਨਹੀਂ ਰੱਜਦੇ, ਰੋਟੀ ਦਾ ਖਰਚਾ ਮੈਨੂੰ ਦੇ ਦਿਓ, ਰੋਟੀ ਮੈਂ ਖਾ ਲੂੰਗਾ, ਫਿਰ ਤੁਸੀਂ ਸਾਰੇ ਰੱਜ ਜਾਓਗੇ, ਜਵਾਬ ਦਿਓ ਜੀ। ਨਹੀਂ, ਬਾਣੀ ਇਕੱਲਾ ਮੈਂ ਪੜ੍ਹੀ ਜਾਵਾਂ ਤੁਸੀਂ ਨੇੜੇ ਬਹਿ ਕੇ ਸੁਣਿਓ ਬਿਨਾਂ ਇਹਦਾ ਤੁਹਾਨੂੰ ਫਾਇਦਾ ਹੋਜੂ ਕੋਈ? ਉੱਚੀ ਬੋਲੋ, ਉਹਨਾਂ ਤੱਕ ਆਵਾਜ਼ ਪਹੁੰਚਾ ਦਿਓ ਜਿਹੜੇ ਕਹਿੰਦੇ ਕੋਤਰੀ ਕਰਾ ਜਾ, ਸਮਾਂ ਹੋਇਆ ਭੋਗ ਦੀ ਆ ਜੀ, ਨਹੀਂ ਤਾਂ ਡਾਕ ਰਾਹੀਂ ਹੁਕਮਨਾਮਾ ਘਰੀਂ ਭੇਜ ਦਿਆਂਗੇ। ਕਿਸੇ ਨੂੰ ਡਾਊਟ ਕਿੰਤੂ ਪਰੰਤੂ ਹੋਵੇ ਤਾਂ ਮੈਨੂੰ ਇੱਥੇ ਮਿਲ ਕੇ ਜਾਵੇ, ਆਪਣਾ ਭਰਾ ਜਾਣ ਕੇ ਬੱਚਾ ਜਾਣ ਕੇ, ਪ੍ਰਬੰਧ ਕਰਨ ਨਾ ਕੋਈ ਗਿਲਾ ਕਰੇ ਕਿੱਦਾਂ ਬੋਲਦਾ। ਬਾਣੀ ਅਸੀਂ ਆਪ ਪੜ੍ਹਨੀ ਹੈ, ਬਿਲਕੁਲ ਅਣਜਾਣ ਹੈ, ਬਹਿ ਕੇ ਗੁਰਮੁਖਾਂ ਤੋਂ ਸਰਵਣ ਕਰਨੀ ਹੈ, ਸਮਝਣੀ ਹੈ, ਮੰਨਣੀ ਹੈ, ਵਿਚਾਰਨੀ ਹੈ, ਅੰਮ੍ਰਿਤ ਛਕਣ ਦੀ ਤਿਆਰੀ ਕਰੀਏ, ਦੁਨਿਆਵੀ ਤੌਰ 'ਤੇ ਉੱਚ ਵਿੱਦਿਆ ਪ੍ਰਾਪਤ ਕਰੀਏ, ਸਿੱਖੀ ਸੋਚ ਵਾਲੇ IPS ਆਫਿਸਰ IAS ਬਣਨ, ਇਸ ਪਾਸੇ ਅਸੀਂ ਵਧੀਏ, ਔਰ ਗੁਰੂ ਦੀ ਸਿੱਖੀ ਤੋਂ ਉੱਪਰ ਕੁਛ ਨਹੀਂ, ਸਭ ਬੁਰੇ ਹਾਲ ਨੇ ਸਾਡੇ, ਇਸ ਕਰਕੇ ਗੁਰਬਾਣੀ ਨਾਲ ਜੁੜੀਏ, ਖੰਡੇ ਦੀ ਪਹੁਲ ਛਕੀਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਸਿੱਖੀ ਨੂੰ ਜੁੜੀਏ। ਇੰਨੀਆਂ ਕੁ ਵਿਚਾਰਾਂ ਅੱਜ ਪ੍ਰਵਾਨ ਕਰਿਓ, ਕੋਈ ਭੁੱਲ ਚੁੱਕ ਹੋਵੇ ਆਪਣਾ ਬੱਚਾ ਜਾਣ ਕੇ ਭਰਾ ਜਾਣ ਕੇ ਮਾਫ਼ ਕਰਿਓ, ਧਿਆਨ ਵਿੱਚ ਵੀ ਲਿਆ ਦਿਓ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਵਿੱਚ ਭਿੱਜ ਕੇ ਆਪ ਜੀ ਬੈਠ ਕੇ ਸੁਣਿਆ, ਸੋ ਇੰਨੀ ਕੁ ਆਪਾਂ ਗੱਲ ਕਰ ਸਕਦੇ ਸੀ।
ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ, ਸਾਰੇ ਨਗਰ ਦਾ, ਖਾਸ ਤੌਰ 'ਤੇ ਇਹਨਾਂ ਨੌਜਵਾਨ ਭਰਾਵਾਂ ਦਾ, ਬੜੇ ਹੌਸਲੇ ਨਾਲ ਕੰਮ ਕਰਦੇ ਨੇ। ਮੈਨੂੰ ਦੱਸਿਆ ਪੰਜਵਾਂ ਪ੍ਰੋਗਰਾਮ ਹੈ, ਪੰਜਵਾਂ ਸਮਾਗਮ ਹੈ ਇਹ, ਪੰਜਵਾਂ। ਇਹ ਬਹੁਤ ਚੰਗੀ ਗੱਲ ਹੈ। ਬਜ਼ੁਰਗ ਬਾਪੂ ਜਿੰਨੇ ਮੇਰੇ ਆਏ ਆ, ਮੈਂ ਇੱਕ ਮਿੰਟ ਜ਼ਰੂਰ ਹੋਰ ਲੈਣਾ ਤੁਹਾਤੋਂ। ਬਜ਼ੁਰਗ ਬਾਪੂ, ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਜੀ, ਨੋਟ ਕਰ ਲਓ। ਇੱਕੋ ਮਿੰਟ 'ਚ ਬਜ਼ੁਰਗਾਂ ਨੂੰ ਮੈਂ ਬੇਨਤੀ ਕਰਕੇ ਫਤਿਹ ਬੁਲਾਉਣਾ। ਆ ਜਿਹੜੇ ਨੌਜਵਾਨ ਭਰਾ ਗੁਰਮਤਿ ਸਮਾਗਮ ਕਰਾਉਂਦੇ ਆ ਬਜ਼ੁਰਗੋ, ਇਹਨਾਂ ਨੂੰ ਜਾਂਦੇ ਜਾਂਦੇ ਸ਼ਾਬਾਸ਼ ਜ਼ਰੂਰ ਕਹਿ ਜਿਓ। ਸ਼ਾਬਾਸ਼ ਤਾਂ ਗੁਰੂ ਨੇ ਦੇਣੀ ਹੈ, ਬਜ਼ੁਰਗਾਂ ਦਾ ਵੀ ਹੌਸਲਾ ਹੁੰਦਾ। ਇਸ ਪਿੰਡ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ। ਨਹੀਂ ਤਾਂ ਪਤਾ ਕੀ ਹੁੰਦਾ ਜੀ, ਜਦੋਂ ਨੌਜਵਾਨ ਇਕੱਠੇ ਹੋ ਕੇ, ਅੱਜ ਕੱਲ੍ਹ ਫਰਕ ਬੜਾ ਪੈ ਰਿਹਾ, ਨੌਜਵਾਨ ਵਰਗ ਜਾਗ ਰਿਹਾ, ਜਦੋਂ ਇਕੱਠਾ ਹੋ ਕੇ ਨੌਜਵਾਨ ਇਕੱਠੇ ਹੋ ਕੇ ਗੁਰਮਤਿ ਦਾ ਗਿਆਨ ਦਾ ਕੋਈ ਪ੍ਰਬੰਧ ਕਰਨ ਸਮਾਗਮ ਦਾ, ਅਤੇ ਕਈ ਪਿੰਡਾਂ 'ਚ, ਸਾਰੇ ਤਾਂ ਨਹੀਂ ਮੈਂ ਕਹਿੰਦਾ, ਕਈ ਪਿੰਡਾਂ 'ਚ ਪਤਾ ਕਿਵੇਂ ਗੱਲਾਂ ਚੱਲਦੀਆਂ, ਅੱਧੇ ਮਿੰਟ 'ਚ ਦੱਸ ਦਿੰਦੇ, ਪੰਜ ਸੱਤ ਬੰਦੇ ਬੈਠੇ ਖੁੰਡ 'ਤੇ, ਫਿਰ ਗੱਲਾਂ ਕਰਦੇ ਆ। ਜਦੋਂ ਨੌਜਵਾਨ 10-15 ਇਕੱਠੇ ਹੋ ਕੇ ਸਮਾਗਮ ਰੱਖ ਲੈਣ, ਫਿਰ ਇੱਕ ਕਹਿੰਦਾ, ਇਹ ਨਵੇਂ ਹੀ ਉੱਠੇ ਨੇ ਖੁੰਡ 'ਤੇ ਬੈਠੇ, ਨਕਸ਼ਾ ਬਣਾ ਲਓ ਦਿਮਾਗ 'ਚ। ਦੂਜਾ, ਮੇਰੇ ਨਾਲ ਆਪਣੀਆਂ ਤਾਂ ਇੰਨੀਆਂ ਉਮਰਾਂ ਹੋ ਗਈਆਂ, ਆਪਾਂ ਤਾਂ ਬਾਈ ਕਦੇ ਲਵਾਏ ਨਹੀਂ ਦੀਵਾਨ। ਤੀਜਾ, ਪਤਾ ਹੀ ਆਪਾਂ ਜ਼ਿੰਮੇਵਾਰ ਬੰਦੇ ਹਾਂ ਪਿੰਡ ਦੇ, ਪੁੱਛੇ ਹੀ ਨਹੀਂ ਆਪਾਂ ਨੂੰ। ਲੈ, ਜ਼ਿੰਮੇਵਾਰ ਤੈਨੂੰ ਕਿਹਨੇ ਬਣਾਇਆ, ਬੈਠਾ ਤਾਂ ਖੁੰਡਦੇ ਹਾਂ। ਚੌਥਾ, ਪਤਾ ਕੀ ਬੋਲਦਾ ਫਿਰ, ਉਹ ਬਈ ਜਦੋਂ ਪਿੰਡ ਨਹੀਂ ਸਹਿਮਤ, ਇਹਨਾਂ ਨੂੰ ਕੀ ਲੋੜ ਪੈ ਗਈ ਦੀਵਾਨਾਂ ਦੀ। ਪੰਜ ਸੱਤ ਬੰਦੇ ਬੈਠੇ ਸੜੇ ਜੇ ਖੁੰਡ 'ਤੇ, ਲੈ ਪੂਰਾ ਪਿੰਡ ਹੀ ਬਣ ਜਾਂਦੇ ਨੇ। ਪੰਜ ਸੱਤ ਬੰਦੇ ਪੂਰਾ ਪਿੰਡ ਬਣਦੇ ਨੇ, ਪਿੰਡ ਦੀ ਸਹਿਮਤ ਨੂੰ ਕੀ ਇੱਥੇ ਵੋਟਾਂ ਪੈਣੀਆਂ। ਸੁਣਨਾ ਸੁਣੋ, ਸਵਾਗਤ ਹੈ, ਨਹੀਂ ਚੰਗਾ ਲੱਗਦਾ ਬੰਦ ਕਰ ਲਓ ਕੰਨ ਆਪਦੇ। ਇਸ ਕਰਕੇ ਗੁਰੂ ਸਮਤ ਬਖਸ਼ੇ, ਹੌਂਸਲਾ ਦਈਏ, ਇਕੱਠੇ ਹੋ ਕੇ ਚੱਲੀਏ ਆਪਾਂ ਸਾਰੇ ਭੈਣ ਭਰਾ। ਇਹਨਾਂ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ, ਬਹੁਤ ਮਿਹਨਤ ਕੀਤੀ ਆ, ਆਸੇ ਪਾਸੇ ਪ੍ਰਚਾਰ ਕੀਤਾ, ਬਹੁਤ ਜ਼ਰੂਰੀ ਹੈ। ਸੋ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਧੰਨਵਾਦ। ਬਾਕੀ ਵੀ ਸਭ ਆਪਣੇ ਭੈਣ ਭਰਾ ਨੇ, ਕੋਈ ਗਾਲਾਂ ਵੀ ਕੱਢੇ, ਬੁਰਾ ਵੀ ਕਹੇ, ਲੜਨਾ ਉਹਦੇ ਨਾਲ ਵੀ ਨਹੀਂ ਆਪਾਂ, ਉਹ ਵੀ ਆਪਣੇ ਹੈ। ਡਿਟੇਲ 'ਚ ਕਿਸੇ ਵਕਤ ਫਿਰ ਕਰਾਂਗੇ ਗੱਲ ਆਪਾਂ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਸਭ ਤੋਂ ਵੱਧ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਨੇ ਰਹਿਮਤ ਕੀਤੀ, ਤਰਸ ਕੀਤਾ ਆਪਣੇ 'ਤੇ, ਸਤਸੰਗ ਦਾ ਸਮਾਗਮ ਬਖਸ਼ਿਆ। ਸਤਿਕਾਰ ਜੋ ਭਾਈ ਸਾਹਿਬ ਪਹੁੰਚ ਗਏ, ਅਗਲਾ ਪ੍ਰੋਗਰਾਮ ਭਾਈ ਸਾਹਿਬ ਨੇ ਦੱਸ ਦੇਣਾ। ਸਭ ਦਾ ਧੰਨਵਾਦ ਜੀ, ਕਿਉਂਕਿ ਮੈਂ ਅਸਲ 'ਚ ਧੰਨਵਾਦ ਕਰਕੇ ਫਿਰ ਸ਼ੁਰੂ ਹੋ ਜਾਂਦਾ। ਉੱਧਰ ਸਾਡੇ ਮਾਲਵੇ 'ਚ ਇੱਦਾਂ ਹੁੰਦਾ, 2-2.5 ਘੰਟੇ ਦਾ ਦੀਵਾਨ ਹੁੰਦਾ। ਘੰਟਾ ਤਾਂ ਮਤਲਬ ਐਂ ਹੁੰਦਾ ਨਾ, ਹੁਣ ਜਿੰਨਾ ਕੁਛ ਕਹਿਣਾ ਸੀ ਉਹ ਤਾਂ ਸਾਈਡ 'ਤੇ ਰਹਿ ਜਾਂਦਾ ਘੰਟੇ 'ਚ, ਉੱਦਾਂ ਦਾ ਰੁਟੀਨ ਜਿਹਾ ਬਣ ਜਾਂਦਾ। ਇਸ ਲਈ ਚਲੋ ਇੰਨੀ ਕੁ ਗੱਲ, ਹੁਣ ਮੈਂ ਫਤਿਹ ਬੁਲਾਉਣਾ ਲਾਸਟ ਵਾਰੀ। ਧੰਨਵਾਦ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ। ਫਤਿਹ ਤੋਂ ਮੈਨੂੰ ਪਤਾ ਲੱਗ ਗਿਆ ਵੀ ਹੁਣ ਫਤਿਹ ਤੋਂ ਮੈਨੂੰ ਪਤਾ ਲੱਗਣਾ ਵੀ ਮੈਂ ਇਸ ਪਿੰਡ ਦਾ ਰਸਤਾ ਯਾਦ ਰੱਖਾਂ ਜਾਂ ਫਿਰ ਹਜ਼ਮ ਹੋਈ ਗੱਲ ਜਾਂ ਨਾ ਹੋਈ, ਲੈ ਇਹ ਫਤਿਹ ਤੋਂ ਹੀ ਪਤਾ ਲੱਗ ਜਾਣਾ। ਹਾਂਜੀ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।